हाँ मासी, दस की गहनी है। ला भाई हूं तो कोई मूछर बना भाई पैसे का, मैं तो दोबारे भी मुड़के आ गई देख देख लेके। जे तो मासी होवे कोई उही गल 10-15 हज़ार रुपया तो कोई मैं मूछर बना दा, कट्ठे ही 2 लाख रुपया हैगा। किलो भाई 2 लाख फड़े फिर 2 लाख ही है, उनका ब्याज भी बन दे। अच्छा ब्याज भी लवेंगे मासी? ला भाई जे आप हम पिंड चो फट गए फिर ना ब्याज देिए। मासी लिखत तो तेरी ठीक है पर सानू थोड़ा जा टाइम चाहिदा। टाइम भाई कादा चाहिदा? टाइम साढ़े हुण ना कोले नहीं ना हैगे पैसे, असी कढ़वा के कि तो ओही गल फड़ तड़ के कि तो तैनू तो देवांगे कोई नहीं 2 लाख रुपया। लो भाई फिर टाइम तो हुण फिर मैं तो पैसों की मारी आई हां भाई, हुणू पुत तैनू पता मैनू नहीं काल ना कर मासी, इन्नी काल नाल पैसे नहीं मिलदे, नाले मैनू ना ए शक लगदा जिवें इह गूठा मेरी सस दा नहीं हुंदा। होर भाई गूठा फिर इह जाली है भी सानू आए लगदा? एडा वड्डा गूठा तो है ही नहीं सी बेबे दा। क्यों भाई है क्यों नहीं भाई, वह की कोई न्याणी सी भी गूठा नहीं सी एडा। हाथ पतले ने मेरी बेबे दे, उंगलां भी पतलिया ते गूठा भी पतला सी। नहीं भाई गूठा उसे दा ही हैगा भाई, मैं तू बाले भरमा वहिमा च ना पाई। भरमा वहिमा च तां कानू पैनी है मासी, तू मैनू ऐ दस सही सही गल दस, ते उन तरीक तरूक तेरे महीना साल तो तेरे याद ही होगा भी कदों पैसे लेते हैं। ਤੈਨੂੰ ਭਾਈ ਪਤਾ ਹੀ ਹੁਣ ਤੇਰੇ ਵਿਆਹ ਵੇਲੇ ਮੈਂ ਤੈਨੂੰ ਆਖੇ ਜਾਣੇ ਵੀ ਤੁਹਾਡੇ ਵਿਆਹ ਵੇਲੇ ਦਿੱਤੇ ਨੇ ਭਾਈ ਮੈਂ ਪੈਸੇ। ਬਸ ਪੱਕਾ ਸਾਡੇ ਵਿਆਹ ਵੇਲੇ ਦਿੱਤੇ ਨੇ? ਹਾਂ ਵਿਆਹ ਵੇਲੇ ਦਿੱਤੇ ਨੇ ਭਾਈ। ਤੇ ਕੋਈ ਬਿਰਬਾ ਤਾਂ ਪਾਈ ਹੋਣਾ ਬੇਬੇ ਨੇ ਵੀ ਕਾਦੇ ਵਾਸਤੇ ਲੈਤੇ ਹੈਗੇ? ਬਿਰਬਾ ਭਾਈ ਕਾਦਾ ਲਿਖਿਆ ਪਿਆ ਸਾਰਾ ਕੁਝ, ਬਸ ਵਿਆਹ ਦੀ ਖਾਤਰ ਹੀ ਫੜੇ ਨੇ। ਇਹਦੇ ਤੇ ਤਾਂ ਐ ਲਿਖਿਆ ਹੋਇਆਗਾ ਵੀ ਮੈਂ ਮੇਰੀ ਭੈਣ ਤੋਂ 2 ਲੱਖ ਰੁਪਇਆ ਲੈਣੀ ਆ ਹੱਥਦਾਰਾ। ਬਸ ਫਿਰ ਵਿਆਹ ਖਾਤਰ ਫੜੇ ਨੇ ਉਦੋਂ। ਕੋਈ ਐ ਤਾਂ ਦੱਸਿਆ ਨਹੀਂ ਹੈਗਾ ਵੀ ਕਾਦੇ ਵਾਸਤੇ, ਜਾਂ ਕੋਈ ਟੂਮ ਕਰਾਈ ਹੋਵੇ ਜਾਂ ਕੋਈ ਵੀ ਕੋਈ ਹੋਰ ਚੀਜ਼ ਲਿਆਂਦੀ ਹੋਵੇ, ਕੋਈ ਬਿੱਲ ਹੋਵੇ। ਭਾਈ ਹੋਣਾ ਹੈ ਕਿ ਆਪਣੇ ਆਪਾਂ ਕੋਈ ਲਿਖ ਕੇ ਹੱਥ 'ਚ ਫਿਰ ਉਹ ਕਰਦੇ ਆ ਫੜਦੇ ਆ ਪੈਸੇ ਵੀ ਆਪਾਂ ਆ ਚੀਜ਼ 'ਤੇ ਲਾਵਾਂਗੇ। ਹੁਣ ਕਦੋਂ ਵਿਆਹ ਧਰਿਆ ਹੁੰਦਾ, ਸਿਆਉਣੇ 'ਤੇ ਵੀ ਲਾ ਸਕਦੇ ਹਾਂ, ਸੀਧੇ 'ਤੇ ਵੀ ਲਾ ਸਕਦੇ ਹਾਂ, ਹੋਰ ਚੀਜ਼ਾਂ 'ਤੇ ਵੀ ਲਾ ਸਕਦੇ ਹਾਂ। ਨਾ ਮੈਨੂੰ ਐਂ ਸਮਝ ਨਹੀਂ ਆਉਂਦੀ ਮਾਸੀ ਗੱਲ, ਇੰਨੇ ਨੰਗ ਤਾਂ ਇਹ ਹੈ ਹੀ ਨਹੀਂਗੇ, ਇਹਨਾਂ ਨੂੰ ਕੀ ਲੋੜ ਪੈਗੀ 2 ਲੱਖ ਰੁਪਇਆ ਫੜਨ ਦੀ? ਵਿਆਹ 'ਚ ਤਾਂ ਭਾਈ ਕਿਹਨੂੰ, ਵੱਡੇ ਵੱਡੇ ਹੁੰਦੇ ਨੇ ਉਹਨਾਂ ਨੂੰ ਵੀ ਲੋੜ ਪੈ ਜਾਂਦੀ ਹੁੰਦੀ ਆ ਪੈਸੇ ਦੀ ਤਾਂ। ਇਹਨਾਂ ਕੋਲੇ ਤਾਂ ਵਿਆਹ ਤੋਂ ਮੰਗਰੋ ਵੀ ਨਹੀਂ ਪੈਸੇ ਮੁੱਕੇ, ਤੇ ਮੈਨੂੰ ਹੁਣ ਐਂ ਸੋਚ ਲੱਗ ਰਹੀ ਵੀ ਏਡੀ ਕੀ ਜ਼ਰੂਰਤ ਪੈਗੀ ਮਾਸੀ ਤੇਰੇ ਤੋਂ 2 ਲੱਖ ਰੁਪਇਆ ਫੜਨ ਦੀ? ਵਿਆਹ ਤਾਂ ਮਾਰੋ ਤਾਂ ਭਾਈ ਆਪੀ ਨਹੀਂ ਮੁੱਕੇ, ਤੇਰੇ ਸਲਾਮੀਆਂ ਹੋ ਗਈਆਂ ਭਾਈ ਤੁਹਾਡੇ ਵਿਆਹਾਂ ਦੀਆਂ, ਦੂਰੀਆਂ ਦੂਰੀਆਂ ਤੀਰੀਆਂ ਤੀਰੀਆਂ ਹੋ ਗਈਆਂ। ਮੈਨੂੰ ਤਾਂ ਸ਼ੱਕ ਲੱਗਦਾ ਕਿਤੇ ਬੇਬੇ ਨੇ ਤਾਂ ਇੱਥੋਂ ਲੈ ਕੇ 2 ਲੱਖ ਰੁਪਇਆ ਕਿਤੇ ਕੁੜੀਆਂ ਨੂੰ ਨਾ ਦੇਤਾ ਹੋਵੇ। ਨਾ ਭਾਈ ਕੁੜੀਆਂ ਨੂੰ ਦਿੱਤਾ, ਜਾਵਾਂ ਤੇਰੀ ਬੇਬੇ ਨੇ ਘਰੇ ਚਲਾਏ ਨੇ ਵਿਆਹ ਵੇਲੇ, ਤੇ ਆ ਭਾਈ 2 ਲੱਖ ਰੁਪਇਆ ਮੈਨੂੰ ਦੇ ਦਿਓ। ਹੁਣ ਜੇ ਤਾਂ ਮੇਰੀ ਗੱਲ ਸੁਣ, ਜਿਹਦਾ ਹੁਣ ਮੈਂ ਕੁੜੀਆਂ ਨੂੰ ਪਰਾਉਣਿਆਂ ਨੂੰ ਪੁੱਛਦੀ ਆ ਤਾਂ ਉਹੀ ਗੱਲ ਫੇਰ ਤੂੰ ਕਹਿ ਦੇਂਗੀ ਵੀ ਸਾਡਾ ਮੇਰਾ ਤੇ ਮੇਰੀ ਭੈਣ ਦਾ ਪਰਦਾ ਨਹੀਂ ਰੱਖਿਆ। ਹੁਣ ਪੁੱਛਣਾ ਵੀ ਹੈਗਾ ਸੀ ਭਾਈ ਕੀ ਉਹਨਾਂ ਨੇ ਨਾ ਫੜੇ ਹੋਣ? ਨਾ ਨਾ ਕੁੜੀਆਂ ਉਹ ਤਾਂ ਨਾ ਭਾਈ ਤੇਰੀ ਬੇਬੇ ਦਿੰਦੀ ਸੀ ਨਾ ਉਹ ਦਿਨ ਉਹ ਕਰਦੀ ਸੀ, ਉਹ ਤਾਂ ਤੁਹਾਡੇ ਵਿਆਹ ਤੇ ਫੜੇ ਨੇ ਉਹਨੇ, ਕੋਈ ਵਿਚਾਰੀ ਨੇ ਕਿਸੇ ਦੇ ਕਿਤੇ ਨਹੀਂ ਚਲਾਏ, ਤੁਹਾਡੇ ਵਿਆਹ ਤੇ ਲਾਏ ਨੇ, ਤੇ ਭਾਈ ਦੇਣਾ ਕਰਨਾ ਹੁਣ ਤੁਹਾਡੀ ਮਰਜ਼ੀ ਆ। ਤੇ ਤੈਨੂੰ ਪਤਾ ਭਾਈ ਸਾਡੇ ਘਰੇ ਵੀ ਮੈਨੂੰ ਜਵਾਕ ਲੜਦੇ ਨੇ, ਨੂੰ ਪੁੱਤ ਮੈਨੂੰ ਨਹੀਂ ਘਰੇ ਵੜਨ ਦਿੰਦੇ, ਕਹਿੰਦੇ 2 ਲੱਖ ਰੁਪਇਆ ਲਿਆ, ਕਹਿੰਦੇ 2 ਲੱਖ ਰੁਪਇਆ ਲਿਆ ਕਿਹੜਾ ਦਿੱਤਾ ਭਾਈ ਉਹਦੇ ਭਾਂਜੇ ਨੂੰ, ਨਜ਼ਰ ਘਰੇ ਨਾ ਆਈ ਹੈ। ਹਾਂ ਵੀ ਘਰੇ ਨਾ ਆਈ ਕਹਿੰਦੇ, ਫੇਰ ਤਾਂ ਮਾਸੀ ਤੇਰੀ ਵੀ ਕਦਰ ਪੈਸਿਆਂ ਤੱਕ ਹੀ ਆ ਹਨਾ? ਪੈਸਿਆਂ ਦੀ ਕਰੀ ਕਦਰ ਹੁੰਦੀ ਆ ਭਾਈ ਵੱਡੇ ਬੰਦਿਆਂ ਦੀ, ਫਿਰ ਹੁਣ ਤੈਨੂੰ ਪਤਾ ਹੀ ਕਿ ਆਪਾਂ ਕਿਸੇ ਨੂੰ ਕੋਈ ਫਸ ਜਿਗੇ ਫਿਰ ਆਈ ਘਰੇ ਕਲੇਸ਼ ਪੈਂਦਾ ਹੁੰਦਾ। ਚੱਲ ਗੱਲ ਸੁਣ ਮਾਸੀ ਮੇਰੀ, ਜੇ ਤਾਂ ਅੰਗੂਠਾ ਹੋਇਆ ਤੇਰਾ ਫਿਰ ਤਾਂ 2 ਲੱਖ ਰੁਪਇਆ ਅਸੀਂ ਤੈਨੂੰ ਦੇ ਦਾਂਗੇ, ਤੇ ਜੇ ਅੰਗੂਠਾ ਤੇਰਾ ਨਾ ਨਿਕਲਿਆ ਕਿਸੇ ਦਾ ਹੋਰ ਨਿਕਲਿਆ ਫਿਰ ਤੈਨੂੰ 2 ਲੱਖ ਰੁਪਇਆ ਸਾਨੂੰ ਦੇਣਾ ਪਊਗਾ। ਅਸਾਂ ਯਕੀਨ ਨਹੀਂ ਭਾਈ ਮੇਰੇ ਤੇ, ਮੈਂ ਗੱਪ ਮਾਰਦੀ ਹਾਂ। ਮੈਨੂੰ ਤਾਂ ਦੇਖ ਮਾਸੀ ਵਿਸ਼ਵਾਸ ਹੈ ਨਹੀਂ, ਰਾਜੀ ਰਹਿ ਗੁੱਸੇ ਰਹਿ, ਤੇਰੀ ਭੈਣ ਦਾ ਘਰ ਆ ਜੀ ਸਦ ਕੇ ਆ ਜਾ ਰੋਟੀ ਪਾਣੀ ਖਾ, ਪਰ ਆ ਪੈਸਿਆਂ ਵਾਲੀ ਗੱਲ ਮੈਨੂੰ ਥੋੜ੍ਹੀ ਜੀ ਗਲਤ ਲੱਗਦੀ ਹੈ। ਤੂੰ ਤਾਂ ਬਸ ਫਿਰ ਭਾਈ ਆਈ ਕਹਿੰਦੀ ਆ ਮੈਂ ਦੇਵਾਂਗਾ, ਬਸ ਤੇਰਾ ਹੁਣ ਮੁੱਕਣ ਦੀ ਇਰਾਦਾ, ਬਸ ਪਾਣੀ ਪਾਊ ਇਰਾਦਾ। ਪਾਣੀ ਪਾਉ ਜਮਾ ਨਹੀਂ ਪਾਉਂਦੇ ਮਾਸੀ, 2 ਲੱਖ ਰੁਪਇਆ ਤੇਰਾ ਦੁੱਧ ਵਰਗਾ ਦੇਵਾਂਗੇ, ਪਰ ਮੈਂ ਤਾਂ ਪਹਿਲਾਂ ਅੰਗੂਠਾ ਸਕੈਨ ਕਰਵਾਉਂ ਵੀ ਬੇਬੇ ਦਾ ਹੀ ਹੈ ਕਿ ਕਿਸੇ ਹੋਰ ਦਾ ਹੈਗਾ। ਹੋਰ ਭਾਈ ਕਿਵੇਂ ਹੋ ਜੂ ਅੰਗੂਠਾ, ਕਿਹੜਾ ਮੇਰੇ ਕੋਲ ਲਿਖਤ ਪੜ ਪਈ ਆ, ਵਹੀ ਤੇ ਲਿਖਾ ਸੀ ਵਹੀ ਗਈ ਗਵਾ। ਲਿਖਤ ਤਾਂ ਮੈਂ ਵੀ ਲਿਖ ਲੈਂਦੀ ਆ ਮਾਸੀ, ਲਿਖਤ ਦਾ ਕੀ ਹੈ, ਕਿਸ ਤੋਂ ਮਰਜ਼ੀ ਲਿਖਾ ਸਕਦੇ ਆ, ਨਾਲੇ ਇਹ ਕਿਹੜਾ ਪੱਕੀ ਹੈ ਤਾਂ ਉਂ ਕਾਗਜ਼ ਤੇ ਲਿਖੀ ਹੋਈ ਆ। ਨਾ ਮੁੰਡਾ ਫੇਰ ਤੈਨੂੰ ਭਾਈ ਕੀ ਕਹਣਾ ਸੁਖਦੀਪ, ਉਹ ਕਹਿੰਦਾ ਮੈਨੂੰ ਤਾਂ ਗੱਲ ਦੀ ਨਹੀਂ ਪਤਾ ਹੈਗਾ, ਉਹ ਕਹਿੰਦਾ ਮੇਰੇ ਤਾਂ ਸਾਹਮਣੇ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੋਈ ਪੈਸਿਆਂ ਵਾਲੀ। ਨਾ ਭਾਈ ਹੁਣ ਉਹ ਤਾਂ ਵਿਚਾਰਾ ਕੀ ਆਖੇ, ਜੇ ਤੂੰ ਆਖੇ ਵੀ ਆਪਾਂ ਮਾਸੀ ਦੇ ਪੈਸੇ ਦੇਣੇ ਆ ਵੀ ਦੇ ਮੰਗੇ। ਮਾਸੀ ਮੈਨੂੰ ਕਹਿੰਦਾ ਮੈਂ ਤਾਂ ਇਸ ਗੱਲ 'ਚੋਂ ਬਾਹਰ ਆ, ਕਹਿੰਦਾ ਆਪਦਾ ਕਿਵੇਂ ਮਰਜ਼ੀ ਕਰੋ, ਜਦੋਂ ਕਹਿੰਦਾ ਮੇਰੇ ਹੱਥੀ, ਜੇ ਤਾਂ ਮੇਰੇ ਹੱਥੀ ਪੈਸੇ ਆਏ ਹੁੰਦੇ ਤਾਂ ਮੈਂ ਤਾਂ ਮਾਸੀ ਨੂੰ ਉਹਦੇ ਦੀ ਮੋੜ ਦਿੰਦਾ। ਭਾਈ ਮੋੜ ਤਾਂ ਕਿਉਂ ਦਿੰਦਾ, ਚੱਲ ਉਹਦੇ ਦੇ ਮੈਂ ਵੀ ਮੰਗਦੀ ਤੇਰੀ ਬੇਬੇ ਤੋਂ ਬਥੇਰਾ ਮੰਗੇ ਨੇ, ਚੋਰੀਆਂ ਮਾਸਾ ਭਾਈ ਮੈਨੂੰ ਦੇ ਦੇ ਕਿ ਮੈਥੋਂ ਫੜੇ ਨੇ ਉਹਨਾਂ ਆਖੇ ਮੇਰੇ ਮੋੜ ਦੇਣ ਲੱਗ ਗਿਆ, ਕਹਿੰਦਾ ਤੂੰ ਤਾਂ ਮਾਸੀ ਤੇ ਇਲਜ਼ਾਮ ਲਾਉਣੀ ਆ, ਜੇ ਮੈਂ ਆ ਹੁਣ ਉਹਨੂੰ ਲਿਖਤ ਦਿਖਾਉਣੀ ਹੋਵੇ ਵੀ ਮਾਸੀ ਤੇਰੀ ਭਾਈ ਆ ਲਿਖਤ ਲੈ ਕੇ ਆਈ ਆ, ਤੇ ਫੇਰ ਮੇਰੇ ਤੇ ਸ਼ੱਕ ਕਰਦਾ ਉਹ ਵੀ ਤੂੰ ਜਾਣ ਕੇ ਕਹਿਨੀ ਆ।
ਸਕਦਾ ਭਾਈ ਫਿਰ ਕਰਨਾ ਹੀ ਆ ਭਾਈ ਦੇਖ ਲੈ ਤੇਰੀ ਸਲਾਹ ਹੈ ਭਾਈ ਮੈਂ ਤਾਂ ਬੈਠੀ ਆ ਜੇ ਤਾਂ 2 ਲੱਖ ਰੁਪਿਆ ਦੇ ਦੋਗੇ ਤਾਂ ਮੈਂ ਤਾਂ ਬਾਹਰ ਜਾਈ ਮੈਂ ਤੈਨੂੰ ਗੁੱਸਾ ਨਹੀਂ ਕਰਦੀ ਮੈਂ ਤਾਂ ਇੱਥੇ ਬੈਠੀ ਆਂਗੀ ਮੈਂ ਤਾਂ ਨਹੀਂ ਭਾਈ ਪੈਸੇ ਰਾਈ ਬਣਾ ਜਾਂਦੀ ਕੋਈ ਨਹੀਂ ਜੀ ਸਦਕੇ ਰਹਿ ਤੂੰ ਕੋਈ ਗੱਲ ਨਹੀਂ ਪਰ ਮੈਂ ਤੈਨੂੰ ਇੰਨੀ ਗੱਲ ਦੱਸਦੀ ਜੇ ਗੁੱਠਾ ਮੇਰੀ ਸੱਸ ਦਾ ਨਾਮ ਲਿਖਣਾ ਨਾ 2 ਲੱਖ ਰੁਪਿਆ ਤਾਂ ਇੱਥੋਂ ਲਾਉਂਗੀ ਮੈਂ ਜੇ ਭਾਈ ਮੇਰੇ ਕੋਲ 2 ਲੱਖ ਰੁਪਿਆ ਹੁੰਦਾ ਫਿਰ ਮੈਂ ਇੱਥੇ ਕੀ ਕਰਨ ਆਉਂਦੀ ਫਿਰ ਮੈਂ ਉਹਦੇ ਨੂੰ ਪੁੱਤ ਨੂੰ ਘਰੀ ਨਾ ਦੇ ਦਿੰਦੀ ਫਿਰ ਤੂੰ ਮਾਸੀ ਸੱਚ ਗੱਲ ਕਿਉਂ ਨਹੀਂ ਦੱਸਦੀ ਵੀ ਗੁੱਠਾ ਕਿਹਦਾ ਇਹ ਗੁੱਠਾ ਤਾਂ ਭਾਈ ਤੇਰੀ ਬੇਬੇ ਦੇ ਹੀ ਆ ਚਲ ਕੋਈ ਨਹੀਂ ਫਿਰ ਸਾਨੂੰ ਚੈੱਕ ਕਰਾ ਲੈਣ ਦੇ ਸਾਨੂੰ ਸਕੈਨ ਕਰਵਾ ਲੈਣ ਦੇ ਤੇ ਕੋਈ ਗੱਲ ਨਹੀਂ ਤੈਨੂੰ ਕੱਲ ਤੱਕ ਜਮਾ ਦੱਸ ਦਾਂਗੇ ਅਸੀਂ ਚੈੱਕ ਕਰਾ ਕੇ ਤੂੰ ਤਾਂ ਭਾਈ ਵਾਲੀਆਂ ਆਲੀਆਂ ਚੜਲੀਆਂ ਚੜਦੀਆਂ ਵਾਲੀ ਚਾਤਰ ਚਲਾ ਕੇ ਤਾਂ ਕੁੜੀ ਸੱਚੀ ਕੀ ਬਣੇ ਇਹਦਾ ਹੁਣ ਕਹਿੰਦੀ ਮੈਂ ਗੁੱਠਾ ਐ ਕਰਾਉਂਗੀ ਫਲਾਨਾ ਐ ਕਰਾਉਂਗੀ ਵੀ ਸੌਰਗੇ ਸੱਤ 2 ਲੱਖ ਰੁਪਈਆ ਲੈਣਾ ਕਿ ਮੈਂ ਤੁਹਾਨੂੰ ਦਿੱਤੇ ਨੇ ਉਹ ਵੀ ਤੁਸੀਂ ਦੇ ਜਾਓ ਕਿਹੜਾ ਭਾਈ ਤਾਂ ਤਾਂ ਰਿਹਾ ਕਿ ਰਿਸ਼ਤੇਦਾਰੀ 'ਚ ਪੈਸਾ ਨਾ ਦੇਵੇ ਟੁੱਟਣ ਵਾਲੀ ਗੱਲ ਹੋ ਜਾਂਦੀ ਜੇ ਮੇਰੀ ਭੈਣ ਹੁੰਦੀ ਕਿੱਦਾਂ ਦੇ ਦਿੱਤੇ ਹੁੰਦੇ ਕਿਹੜਾ ਮੈਂ ਆਹ ਹੁਣ ਫਿਰਦੀਆਂਗੀ ਜੌਕ ਦੀ ਲੈ ਸ਼ੂਟ ਤਾਂ ਸੋਹਣਾ ਹੈਗਾ ਜੇ ਕੁੜੀ ਪਸੰਦ ਕਰ ਲਈ ਵਧੀਆ ਲਿਆ ਕੇ ਦਿੱਤਾ ਮੈਂ ਤਾਂ 2000 ਦਾ ਬਣਿਆਗਾ ਹਰਪ੍ਰੀਤ ਤੂੰ ਕੱਪੜੇ ਜੇ ਕਿਵੇਂ ਤੇਰੀ ਵੀ ਠੀਕੀ ਗੱਲ ਇਹ ਤਾਂ ਮੈਂ ਤਾਂ ਰਾਜਵੀਰ ਖਾਤਰ ਲਈ ਸੀ ਮਹਾਂ ਕਿੱਦਾਂ ਦੀ ਆਈ ਹੈ ਵਿਚਾਰੀ ਮੁੜ ਕੇ ਆਇਆ ਨਹੀਂ ਗਿਆ ਉਹਦੇ ਵਾਸਤੇ ਲਿਆ ਕੇ ਦਿੱਤਾ ਭੈਣ ਵਾਸਤੇ ਲੈਂਦੇ ਸੀਗੇ ਉਹ ਤੂੰ ਤਾਂ ਕੱਪੜੇ ਲਈ ਭੈਣ ਵਾਸਤੇ ਵਧੀਆ ਗੱਲ ਕਰੀ ਹਾਂ ਪਤਾ ਨਹੀਂ ਕਿਵੇਂ ਨਿਬੜਿਆ ਉਹਨਾਂ ਦਾ ਮਾਸੀ ਦਾ ਹੁਣ ਮੈਨੂੰ ਤਾਂ ਸਾਰਾ ਦਿਨ ਚਿੰਤਾ ਲੱਗੀ ਰਹੀ ਇਹ ਗੱਲ ਦੀ ਨਾ ਰਾਤ ਕੋਈ ਜਦੋਂ ਤੂੰ ਛੱਡ ਕੇ ਗੱਲ ਕਰੀ ਨਹੀਂ ਉਹੀ ਛੱਡ ਕੇ ਮੁੜਿਆ ਤੂੰ ਉਹ ਮੈਂ ਛੱਡ ਕੇ ਮੁੜਿਆ ਆ ਲੈ ਆਏ ਸੀ ਮੈਂ ਚੱਲ ਕੋਈ ਫੋਨ ਤੇ ਗੱਲ ਕਰ ਲਾਂਗੇ ਫੋਨ ਤੇ ਤਾਂ ਕਰ ਲਾਂਗੇ ਫੋਨ ਤੇ ਗੱਲ ਕਰੀਏ ਕੋਈ ਫੋਨ ਤੇ ਤਾਂ ਹੁਣ ਗੱਲ ਦੇਖ ਰਾਤ 22 ਨਾਲ ਤਾਂ ਗੱਲ ਹੋਈ ਹੋਊਗੀ ਜਦੋਂ ਹੁਣ ਲਿਖਤ ਲੈ ਕੇ ਇਹ ਲਿਖਤ ਤਾਂ ਦਿਖਾਈ ਹੋਊਗੀ ਓਏ ਉਂ ਤਾਂ ਆਪਾਂ ਨੂੰ ਕੀ ਲੋੜ ਹੈ ਬਾਲਾ ਉਹ ਕਰਨ ਦੀ ਹਨਾ ਅਗਲੇ ਦੇ ਘਰ ਦਾ ਮਸਲਾ ਹੈਗਾ ਅਗਲੇ ਦੇ ਅਸੀਂ ਐਂ ਕਹੂਗੇ ਖਮਰੀ ਇਹੀ ਬਾਲਾ ਦਖਲਅੰਦਾਜ਼ੀ ਕਰੀ ਜਾਂਦੇ ਨੇ ਵਿੱਚ ਅਗਲੇ ਦੇ ਘਰ ਦਾ ਮਸਲਾ ਤਾਂ ਹੈਗਾ ਭੈਣ ਤਾਂ ਤੇਰ ਕੋਈ ਹੈ ਨਾ ਘਰ ਕਿਹੜਾ ਬਗਾਨਾ ਹੈ ਕਿਸੇ ਦਾ ਵੀ ਕਿਸੇ ਦਾ ਮਸਲਾ ਉਹ ਭੈਣ ਤਾਂ ਮੇਰੀ ਰਹੂ ਹੁਣ ਮਾਸੀ ਜੇ ਤਾਂ ਦੇਖ ਹੁਣ ਮਾਸੀ ਹੁੰਦੀ ਬੁੜੀ ਹੁੰਦੀ ਉਹਦੀ ਸੱਸ ਹੁੰਦੀ ਉਹ ਤਾਂ ਆਪੇ ਅੱਗਾ ਤੱਗਾ ਲੈ ਲਾਂਦੀ ਉਹ ਤਾਂ ਕਿਸੇ ਨੂੰ ਦਬਾਲਣੀ ਸੀ ਇੰਨੀ ਤੇਜ਼ ਬੁੜੀ ਸੀ ਉਹ ਮੇਰੀ ਗੱਲ ਸੁਣ ਲੈ ਜੇ ਰਾਜਵੀਰ ਦੀ ਸੱਸ ਸ਼ਹਿਰ ਸੀਗੀ ਉਹਦੀ ਭੈਣ ਆ ਮਾਸੀ ਕਿਹੜਾ ਘੱਟ ਸ਼ਹਿਰ ਹੈ ਇਹ ਤਾਂ ਉਦੋਂ ਵੀ ਸ਼ਹਿਰ ਹੈ ਤਾਂ ਹੀ ਤੇ ਆਪਣੇ ਕੋਲੇ ਆਈ ਸੀਗੀ ਇਹਨੂੰ ਐਂ ਸੀ ਉਹਦਾ ਭਰਾਈ ਪੈਸੇ ਦਬਾਊਗਾ ਆਹੋ ਮਾਸੀ ਨੂੰ ਤਾਂ ਹੀ ਸੀ ਵੀ 2 ਲੱਖ ਰੁਪਏ ਇਹਨਾਂ ਤੂੰ ਲੈ ਕੇ ਮੁੜ ਜਾ ਕਿਸੇ ਨੂੰ ਪਤਾ ਹੀ ਨਾ ਲੱਗੇ ਮੈਂ ਤਾਂ ਟਾਲ ਮਟੋਲ ਜੀ ਕਰਕੇ ਤਾਂ ਹੀ ਤੈਨੂੰ ਛੱਡ ਕੇ ਆਇਆ ਸੀ ਕੱਲ ਚਲ ਚੰਗਾ ਹੋ ਗਿਆ ਹੁਣ ਆਪਾਂ ਥੋੜੀ ਉਹੀ ਗੱਲ ਕੁਝ ਬੋਲਣਾ ਸੀ ਵਿਚਾਰੀ ਹਾਂ ਉਹ ਮਲਾਮਤ ਕਿਹੜਾ ਮੰਗਰੋਂ ਲਾਹੀ ਹੈ ਹਨਾ ਹੋਰ ਮੈਂ ਇੱਥੇ ਤਾਂ ਸੰਗਾ ਜਿਹੜਾ ਮਾੜਾ ਮੋਟਾ ਬੋਲਿਆ ਗਿਆ ਮੈਂ ਤਾਂ ਮੰਗਰੋਂ ਪਛਤਾਈਵਾਂ ਮੈਂ ਕਾਹਨੂੰ ਕਹਿਣਾ ਸੀ ਕੁਝ ਉਹ ਚਲ ਐਂ ਤਾਂ ਫਿਰ ਹੁਣ ਬੋਲੀ ਜਾਂਦਾ ਕੀ ਕਰੀਏ ਹੁਣ ਬੰਦਾ ਗੱਲਾਂ ਛਿੜਦੀਆਂ ਗੱਲਾਂ ਛਿੜੀਆਂ ਚ ਕਿਹਾ ਵੀ ਜਾਂਦਾ ਤੇ ਤੂੰ ਰਾਜਵੀਰ ਨਾ ਮੈਨੂੰ ਤਾਂ ਐਂ ਸੀ ਮੈਂ ਆਖਾ ਫੋਨ ਤੂੰ ਲੈ ਗਿਆ ਚੱਕ ਕੇ ਵੀ ਤੇਰੇ ਕੋਲੇ ਹੋ ਗਈ ਹੋ ਤੇਰੀ ਗੱਲ ਮੋਬਾਈਲ ਕਿੱਥੇ ਹੈਗਾ ਉਹ ਮੋਬਾਈਲ ਤਾਂ ਮੇਰੇ ਕੋਲ ਹੀ ਹੈਗਾ ਹਾਂ ਹੁਣ ਨਾ ਤਾਂ ਭੈਣ ਨੇ ਕੋਈ ਗੱਲ ਕਰੀਏ ਜੇ ਵਾਰੀ ਵਾਰੀ ਆਪ ਫੋਨ ਲਾਉਨੇ ਆ ਗੱਲ ਪੁੱਛਦੇ ਆ ਫਿਰ ਵੀ ਐਂ ਜੇ ਲੱਗਦਾ ਹੈਗਾ ਵੀ ਖਮਨੀ ਸਾਡੇ ਘਰ ਦਾ ਭੇਤ ਲੈਂਦੇ ਨੇਗੇ ਇੱਥੇ ਹੀ ਪੈਸੀ ਮੋਬਾਈਲ ਆ ਇਹ ਤਾਂ ਮੇਰੇ ਵਾਲਾ ਤੂੰ ਨਾ ਲਾ ਫੋਨ ਮੈਂ ਲਾ ਲਾਨੀ ਆ ਫਿਰ ਤੂੰ ਐਂ ਕਰ ਹਾਂ ਰਾਜਵੀਰ ਨਾਲ ਕਰ ਗੱਲ ਰਾਜਵੀਰ ਨਾਲ ਮੈਂ ਕਰ ਲਾਨੀ ਆ ਮੈਂ ਰਾਜਵੀਰ ਨੂੰ ਐ ਨਾ ਕਹਿ ਦਿਆਂ ਵੀ ਤੂੰ ਸਾਡੇ ਕੋਲੇ ਆ ਜਾ ਦੇਖ ਲੈ ਜਿਵੇਂ ਲੋਟ ਆਉਂਦੀ ਹੈ ਗੱਲ ਨਾਲੇ ਉਹਦੇ ਕੱਪੜੇ ਲੈਂਦੇ ਨੇ ਕੱਪੜੇ ਲੈ ਜੂਗੀ ਚੱਕ ਕੇ ਕੱਪੜੇ ਤਾਂ ਵਿਚਾਰੀ ਲਈ ਜਾਊਗੀ 2 ਦਿਨ ਮੰਗਰੋ ਲੈ ਜੂ ਕੱਪੜੇ ਕਿੱਧਰ ਜਾਂਦੇ ਨੇਗੇ ਚੱਲ ਤੂੰ ਜਿਹੜੀ ਗੱਲ ਲੈ ਜੇ ਪਾਈ ਜਾਂਦੇ ਮੈਂ ਗੱਲ ਕਰਦੀ ਆ ਤੂੰ ਬੋਲੀ ਨਾ ਵਿੱਚ ਚੰਗਾ ਹਾਂ ਚੰਗਾ ਮੁੱਦੇ ਦੀ ਗੱਲ ਕਰ ਆਈ ਵੀ ਨਾ ਹੋਰ ਨਾ ਗੱਲਾਂ ਮਾਰੀ ਜਾਈ ਐਵੇਂ ਗੱਲ ਤਾਂ ਉਸ ਦੀ ਕਰੂੰਗੀ ਮੈਂ ਹੁਣ ਉਹੀ ਤਾਂ ਨਹੀਂ ਗੱਲਾਂ ਕਰੂੰਗੀ ਹੁਣ ਮਾਸੀ ਵੀ ਆਈ ਬੈਠੀ ਹੈਗੀ ਹੁਣ ਗੱਲ ਤਾਂ ਕਰਨੀ ਪਊਗੀ ਵੀ ਮਾਸੀ ਦਾ ਕਿਵੇਂ ਬਣਿਆ ਭਾਈ ਕੇਰਾਂ ਤਾਂ ਉਹਨੇ ਤੋੜਤੀ ਸੀ ਹੁਣ ਫੇਰ ਦੁਬਾਰੇ ਆ ਕੇ ਵੇਗੀ ਕਰੇ ਹੁਣ ਦੱਸ ਕੀ ਬਣੇ ਚੱਲ ਦੇਖਦੇ ਆ ਲਾ ਕੇ ਫੋਨ ਰਾਜਵੀਰ ਦਾ ਉਹ ਲਾ ਫੋਨ ਲਾ ਭੈਣ ਦਾ ਤੂੰ ਲੈ ਮੈਨੂੰ ਐ ਸੀ ਮਾਂ ਤੂੰ ਵਿੱਚ ਬੋਲੇਗਾ ਤੂੰ ਤਾਂ ਫੇਰ ਕੋਲੀ ਆ ਗਿਆ ਮੇਰੇ ਉਹ ਮੈਂ ਨਹੀਂ ਬੋਲਦਾ ਕੋਲੇ ਤਾਂ ਮੈਂ ਖੜੀ ਸਕਦਾ ਕੋਲੇ ਤਾਂ ਖੜ ਜਾ ਕੋਲੇ ਦੀ ਤਾਂ ਕੋਈ ਗੱਲ ਨਹੀਂ ਹੈਲੋ ਹੈਲੋ ਰਾਜਵੀਰ ਹਾਂ ਕੀ ਨਾ ਤਾਂ ਫੋਨ ਲਾਇਆ ਮੁੜ ਕੇ ਬੰਦਾ ਦੱਸ ਤਾਂ ਦੇਵੇ ਕੁਛ ਵੀ ਕਿਵੇਂ ਬਣਿਆ ਰਾਤ ਦਾ ਵੀ ਰਾਤ ਦੀ ਮਾਸੀ ਨਾਲ ਅੱਛਾ ਸਤਿ ਸ੍ਰੀ ਅਕਾਲ ਭਾਬੀ ਹਾਂ ਲੈ ਭੁਲੇਖਾ ਜੇ ਪੈ ਗਿਆ ਸੀ ਪਹਿਲਾਂ ਤੈਨੂੰ ਪਤਾ ਹੀ ਨਹੀਂ ਸੀ ਮੈਂ ਤਾਂ ਲਿਸਟ ਪੜੀ ਜਾਂਦੀ ਸੀਗੀ ਅੱਛਾ ਕਿ ਪਤਾ ਨਹੀਂ ਲੱਗਿਆ ਅੱਛਾ ਚੱਲ ਲਿਸਟ ਤਾਂ ਤੇ ਪੜ ਲਈ ਚੰਗੀ ਗੱਲ ਹੈ ਲਿਸਟ ਤਾਂ ਮੈਂ ਵੀ ਦੇਖੀ ਸੀ ਉਰੇ ਜੋ ਲੈ ਕੇ ਆਈ ਸੀ ਕੱਲ ਕਿਵੇਂ ਬਣਿਆ ਅੱਛਾ ਪੜਤਾ ਜਾਂ ਗੱਲ ਤਾਂ ਕਰ ਲਾਣਦੇ ਤਾਂ ਹੀ ਤਾਂ ਮੈਂ ਤੈਨੂੰ ਆਖਿਆ ਸੀ ਵੀ ਵਿੱਚ ਬੋਲੀ ਆਏਗਾ ਤੇਰਾ ਬਾਈ ਹੈਗਾ ਉਹ ਗੱਲ ਹੀ ਨਹੀਂ ਸੁਣਨ ਦਿੰਦਾ ਤੂੰ ਐਂ ਦੱਸ ਕਿਵੇਂ ਬਣਿਆ ਫਿਰ ਕਿਵੇਂ ਬਣਨਾ ਸੀਗਾ ਭਾਬੀ ਲਿਖਤ ਤਾਂ ਸਹੀ ਆ ਸਾਰੀ ਤੇ ਗੁੱਠਾ ਲੱਗਿਆ ਹੋਇਆ ਮੈਨੂੰ ਲੱਗਦਾ ਕਿਸੇ ਹੋਰ ਦਾ ਮੈਨੂੰ ਤਾਂ ਬੇਬੇ ਦਾ ਗੁੱਠਾ ਨਹੀਂ ਲੱਗਦਾ ਉਹ ਭਾਈ ਮੈਨੂੰ ਤਾਂ ਆਪ ਸ਼ੱਕ ਸੀ ਐ ਨਾ ਵੱਡਾ ਸਾਰਾ ਗੁੱਠਾ ਜਿਹਾ ਬਣਾਇਆ ਪਿਆ ਜਿਵੇਂ ਉਹਦਾ ਐ ਲੱਗਦਾ ਜਿਵੇਂ ਕੋਈ ਬੰਦੇ ਦਾ ਗੁੱਠਾ ਲੱਗਿਆ ਹੁੰਦਾ ਹਾਂ ਤੇ ਫਿਰ ਮੈਂ ਤਾਂ ਕਹਿਤਾ ਸੀ ਮਾਸੀ ਨੂੰ ਮੈਂ ਕਹਾਂ ਸੀ ਗੁੱਠਾ ਸਕੈਨ ਕਰਾਵਾਂਗੇ ਭਾਈ ਪੈਸੇ ਫੇਰ ਦੇਵਾਂਗੇ 2 ਲੱਖ ਦਾ ਮਸਲਾ ਐ ਕਿਵੇਂ ਦੇ ਦਈਏ
ਆਹੋ ਹੁਣ ਮੈਂ ਤਾਂ ਮਾਸੀ ਨੂੰ ਐਂ ਕਹਿ ਕੇ ਹਟੀ ਆ ਵੀ ਮਾਸੀ ਮੇਰੀ ਗੱਲ ਸੁਣ, ਜੇ ਤਾਂ ਹੋਇਆ ਅੰਗੂਠਾ ਮੇਰੀ ਸੱਸ ਦਾ ਤਾਂ 2 ਲੱਖ ਰੁਪਇਆ ਭਾਈ ਤੇਰਾ ਦੁੱਧ ਵਰਗਾ, ਜੇ ਅੰਗੂਠਾ ਮੇਰੀ ਸੱਸ ਦਾ ਨਾ ਹੋਇਆ ਤੇ ਮੈਂ ਕਿਹਾ ਭਾਈ 2 ਲੱਖ ਰੁਪਇਆ ਤੈਨੂੰ ਦੇਣਾ ਪਊਗਾ ਸਾਨੂੰ। ਹਾਂ ਤੇ ਵਧੀਆ ਕਰੀ ਗੱਲ, ਇੰਨੀ ਸਾਡੇ ਤਾਂ ਦਿਮਾਗ ਹੀ ਨਹੀਂ ਸੀ ਉੱਡਦਾ ਵੀ ਤੈਨੂੰ ਦੱਸ ਦਈਏ, ਤੂੰ ਤਾਂ ਆਪ ਹੀ ਹਸ਼ਿਆਰ ਹੈ ਭਈ ਉਹਦੀ ਸੱਸ ਵਰਗੀ ਹੈ। ਡਰਾਉਣ ਦੀ ਕੋਸ਼ਿਸ਼ ਤਾਂ ਬਥੇਰੀ ਕੀਤੀ ਹੈ ਮੈਂ ਮਾਸੀ ਨੂੰ, ਗੱਲ ਕਰੋ ਤਾਂ ਡਰਦੀ ਨਹੀਂ ਹੈਗੀ। ਡਰਦੀ ਡੁਰਦੀ ਨਹੀਂ ਹੈਗੀ, ਹੈ ਇਹ ਬੁੜੀ ਵਰਗੀ ਭੈਣ ਉਸ ਏਰੀ ਹੈ, ਮੈਂ ਤੈਨੂੰ ਦੱਸਾਂ ਐਵੇਂ ਨਾ ਸਮਝ ਜੀ ਮੈਂ ਤੂੰ। ਮੈਂ ਤਾਂ ਨਾ ਐਂ ਕਹਿੰਦੀ ਸੀ ਭਾਬੀ ਗੱਲ ਸੁਣ ਮੇਰੀ, ਮੈਂ ਤਾਂ ਇੱਥੇ ਆਉਣੀ ਆ ਤੁਹਾਡੇ ਕੋਲੇ ਤੇ ਬਾਈ ਨੂੰ ਲਿਜਾ ਕੇ ਨਾ ਨਾਲ ਮੈਂ ਤਾਂ ਅੰਗੂਠਾ ਸਕੈਨ ਕਰਵਾ ਕੇ ਲਿਆਉਣੀ ਆ। ਲੈ ਮੈਂ ਤਾਂ ਤੈਨੂੰ ਕਹਿਣੀ ਲੱਗੀ ਸੀ ਤੂੰ ਸਾਡੇ ਕੋਲੇ ਆ ਜਾ, ਤੂੰ ਆਪ ਹੀ ਕਹਤਾ ਮੈਂ ਤੁਹਾਡੇ ਕੋਲੇ ਆਉਣੀ ਆ। राखी तो राखी लोगी ऐडा हूं बुढ़ी घर चक के ले जूगी सिर ते। ਮੈਨੂੰ ਤਾਂ ਨਾ ਹੁਣ ਜਿੱਦੇ ਦੇ ਰਿਸ਼ਤੇਦਾਰ ਪੈਸੇ ਮੰਗਣ ਲੱਗ ਗਏ ਮੈਨੂੰ ਤਾਂ ਵਿਸ਼ਵਾਸ ਨਹੀਂ ਰਿਹਾ ਕਿਸੇ ਵੀ ਰਿਸ਼ਤੇਦਾਰ ਤੇ। ਮੈਂ ਤੈਨੂੰ ਦੱਸਾਂ ਐ ਕਰੀ, ਪੇਟੀਆਂ ਵਾਲੇ ਕਮਰੇ ਨੂੰ ਜਿੰਦਾ ਲਾਇਆ ਈ, ਜਿੰਦਾ ਲਾ ਕੇ ਆਉਂਗੀ ਫੇਰ ਦੇਖੋ ਗੱਲ ਨਹੀਂ ਰਹਿੰਦੀ। ਅਗਲਾ ਐ ਕਹਿਣਾ ਨਾ ਮੇਰੇ ਤਾਂ ਉਈ ਸਿਰ ਲਾਉਂਦੀ ਹੈਗੀ, ਤੇਰੇ ਤੇ ਇਲਜ਼ਾਮ ਬਿਨਾਂ ਗੱਲ ਤੋਂ ਲਾ ਦੂਗੀ ਤੇ ਹੋਰ ਇਲਜ਼ਾਮ ਤਾਂ ਲਾ ਦੂਗੀ। ਚਲ ਐਂ ਦਾ ਮਾਸੀ ਚੀ ਤਾਂ ਕੋਈ ਕਾਨੂੰ ਚੱਕਦੀ ਐ ਗੱਲ ਕਰਾਂ ਮੈਂ ਤਾਂ ਨਹੀਂ ਚੱਕਦੀ ਫੇਰ ਵੀ ਉਹੀ ਗੱਲ, ਕੱਲਾ ਬੰਦਾ ਘਰੇ ਬੈਠਾ ਕੋਈ ਚੀਜ਼ ਇੱਧਰ ਉੱਧਰ ਹੋ ਜੇ ਫੇਰ ਆਪਾਂ ਸ਼ੱਕ ਕਰਦੇ ਭੈੜੇ ਲੱਗਦੇ ਆ। ਤੂੰ ਜਿੰਦਾ ਲਾ ਆਈ ਸਾਡਾ ਸਾਰਾ ਕੁਝ ਸਿਆ ਹੁਣ ਸੱਪਾ ਬੈਂਕ 'ਚ ਪਿਆ, ਘਰੇ ਤਾਂ ਕੁਝ ਨਹੀਂ ਹੈਗਾ। ਕੋਈ ਤਾਂ ਚੀਜ਼ ਹੁੰਦੀ ਐ ਆਪਣੇ ਪੇਟੀਆਂ ਵਾਲੇ ਕਮਰੇ ਨੂੰ, ਤੈਨੂੰ ਮੈਂ ਕਹੀ ਜਾਂਦੀ ਜਿੰਦਾ ਲਾਇਆ ਮੰਨ ਲਿਆ ਕਰ। ਚੱਲ ਠੀਕ ਆ ਚੰਗਾ ਫਿਰ ਮੈਂ ਜਿੰਦਾ ਲਾਇਆ ਨਹੀਂ ਪੇਟੀ ਵਾਲੇ ਕਮਰੇ ਨੂੰ, ਬੋਝ ਕੇ ਲਾਈ ਐ ਮਾਸੀ ਨੂੰ ਪਤਾ ਨਾ ਲੱਗੇ। ਕੋਈ ਨਹੀਂ ਕੋਈ ਠੀਕ ਐ ਤੂੰ ਆ ਜਾ ਫਿਰ। ਚੰਗਾ ਮੈਂ ਤੈਨੂੰ ਪਹਿਲੀ ਆਖਿਆ ਸੀ ਵੀ ਤੈਂ ਮੇਰੀ ਗੱਲ ਹੀ ਨਹੀਂ ਹੋਣ ਦੇਣੀ, ਤੂੰ ਮੇਰੀ ਗੱਲ ਨਹੀਂ ਸੁਣਨੀ, ਮੈਨੂੰ ਉਹਦੇ ਨਾਲ ਤਾਂ ਘੱਟ ਬੋਲਣ ਦੇ ਤਾਂ ਆਪ ਵੱਧ ਹੋ ਗਈ। ਪਤਾ ਨਾ ਲੱਗੇ ਵੀ ਕੀ ਗੱਲ ਐ, ਹੁਣ ਤੂੰ ਐਂ ਕਹੀ ਕਿ ਇੱਕ ਭੈਣ ਇੱਥੇ ਉਹਦੇ ਤੋਂ ਮਾਨ ਸਮਝ ਜੀ, ਮੈਨੂੰ ਕੋਈ ਗੱਲ ਦਾ ਪਤਾ ਹੀ ਨਹੀਂ ਲੱਗਿਆਗਾ, ਮੈਂ ਤਾਂ ਮੈਨੂੰ ਉਹੀ ਹਾਂ ਕਹੀ ਗੱਲ ਕੀ ਹੈਗੀ। ਅੱਛਾ ਉਹੀ ਹਾਂ ਕਹਤੀ, ਮੈਂ ਉਹਨੂੰ ਰਾਜਵੀਰ ਨੂੰ ਕਹਤਾ ਵੀ ਤੂੰ ਆ ਜਾ, ਉਹ ਫਿਰ ਗੱਲ ਤਾਂ ਦੱਸ ਦੇ ਕੀ ਗੱਲ ਐ ਭੈਣ ਦੀ ਹੁੰਦੀ ਐ। ਰਾਜਵੀਰ ਕਹਿੰਦੇ ਅੰਗੂਠਾ ਸਕੈਨ ਕਰਾ ਕੇ ਲਿਆਵਾਂਗੇ ਬਾਈ ਨੂੰ ਨਾਲ ਲੈ ਕੇ ਜਾਉ ਮਾਨਸਾ। ਨਾ ਉਹਨਾਂ ਨੂੰ ਹੈ ਹੀ ਨਹੀਂ ਯਕੀਨ, ਕੋਈ ਆ ਹੀ ਨਹੀਂ ਯਕੀਨ ਗੱਲ ਨਾ, ਯਕੀਨ ਐ ਕਿਵੇਂ ਆ ਜਾਓ, ਕਹਿੰਦੇ ਅੰਗੂਠਾ ਤਾਂ ਐਡਾ ਵੱਡਾ ਜਿਵੇਂ ਕਿਸੇ ਬੰਦੇ ਦਾ ਹੁੰਦਾ। ਅੱਛਾ ਆਹੋ, ਤੇ ਨਾਲੇ ਸੁਖਦੀਪ ਨੇ ਕਹਿਣਾ, ਸੁਖਦੀਪ ਕਹਿੰਦਾ ਵੀ ਮੇਰੇ ਕੋਲ ਤਾਂ ਨਾ ਤਾਂ ਕੋਈ ਲਿਖਤ ਹੈ ਨਾ ਮੈਨੂੰ 2 ਲੱਖ ਦਾ ਪਤਾ ਹੈ। ਬੜੀ ਗੱਲ ਹੋਈ, ਹੁਣ ਕਿਵੇਂ ਕਰਾਂਗੇ, ਹੁਣ ਕਿਵੇਂ ਕਰਨਾ, ਹੁਣ ਤਾਂ ਫਿਰ ਅੰਗੂਠੇ ਚੈੱਕ ਕਰਾ ਕੇ ਲਿਆਓ, ਇੱਕੋ ਹੀ ਰਹਿ ਗਿਆ ਆਪਣੇ ਕੋਲੇ, ਤਾਂ ਹੋਰ ਤਾਂ ਕੋਈ ਹੋ ਨਹੀਂ। ਉਹ ਚੱਲ ਗੱਲ ਤਾਂ ਦੇਖੀ ਜੂ ਫਿਰ, ਹੁਣ ਜਿਵੇਂ ਕਹਿੰਦੇ ਹੁੰਦੇ ਆ ਠੀਕ ਹੈ ਭੈਣ ਦੀ ਹਨਾ, ਚੱਲ ਭੈਣ ਨੂੰ ਆ ਜਾਣਦੇ ਫਿਰ, ਇੱਥੇ ਵਗ ਜਾਾਂਗੇ ਫਿਰ, ਵਗ ਜਿਓ ਫਿਰ, ਹੁਣ ਉਹੀ ਗੱਲ ਹੋ ਗਈ ਰਿਸ਼ਤੇਦਾਰੀ 'ਚ ਫਰਕ ਪੈਣ ਵਾਲੀ ਗੱਲ ਹੋ ਜਾਂਦੀ ਹੈ। ਉਹ ਫਰਕ ਤਾਂ ਹੁਣ ਪਊਗੀ, ਦੇਖੀ ਜਾਊ ਫਿਰ, ਜਦੋਂ ਭੈਣ ਆਈ ਉਦੋਂ ਹੀ ਗੱਲ ਕਰਾਂਗੇ। ਹੁਣ ਚੱਲ ਫਿਰ ਆ ਜਾਣਗੇ ਰਾਜਵੀਰ ਨੂੰ, ਰਾਜਵੀਰ ਦੇ ਆਈ ਤੋਂ ਕਰ ਲਈ, ਕਹਿਤਾ ਮੈਂ ਉਹਨੂੰ ਵੀ ਆ ਜਾ। ਲਾ ਬੈਠੀ ਹੈ ਮਾਸੀ ਤਾਂ, ਮਾਸੀ ਹਾਂ ਭਾਈ, ਤੂੰ ਐਂ ਕਰੀ ਮੇਰੀ ਗੱਲ ਸੁਣ, ਘਰੇ ਰਹੀ ਤੇ ਮੈਂ ਨਾ ਮੜਾ ਇਹ ਕੰਮ ਜਾਇਆ, ਮੈਂ ਤੇ ਨਿਗਾਹ ਰੱਖੀ। ਕੰਮ ਤਾਂ ਭਾਈ ਤੂੰ ਕੀ ਜਾ ਕੇ ਆਉਣਾ, ਮੈਨੂੰ ਪਤਾ ਹੀ ਹੈ ਜਿਹੜਾ ਤੂੰ ਆ ਰਿਹਾ ਕਿ ਮੈਂ ਅੰਗੂਠਾ ਦਿਖਾ ਕੇ ਆਉਂਗੀ, ਮੈਂ ਤਾਂ ਤੂੰ ਕਾਹਨੂੰ ਮਾਸੀ ਅੰਗੂਠਾ ਕਾਹਨੂੰ ਦਿਖਾ ਕੇ ਆਉਣਾ, ਇਹ ਤਾਂ ਮੈਨੂੰ ਪੂਰਾ ਵਿਸ਼ਵਾਸ ਹੈ ਤੇਰੇ ਤਾਂ, ਮੈਂ ਤਾਂ ਐਵੇਂ ਹੱਸਦੀ ਸੀਗੀ ਤੈਨੂੰ ਤੇ ਤੂੰ ਨਾ ਮੜੀ ਜੀ ਨਿਗਾਹ ਰੱਖੀ ਆਪਣੇ ਘਰ ਦੀ, ਤੇ ਮੈਂ ਹੁਣੀ ਆ ਗਈ ਅੱਧੇ ਘੰਟੇ 'ਚ। ਲੈ ਭਾਈ ਫਿਰ ਮੈਂ ਤੁਹਾਨੂੰ ਪੈਸੇ ਲੈਣ ਆਈ ਸੀ, ਮੈਂ ਤਾਂ ਮੁੜਨਾ ਸੀ ਤਾਂ ਤੂੰ ਹੁਣ ਲੈ। ਓਹੋ ਮਾਸੀ ਹੁਣ ਤੇਰੇ ਕੋਲ ਕੀ ਦੱਸਾਂ, ਪੈਸਿਆਂ ਦੀ ਪਤਾ ਕਰਕੇ ਆਉਣੀ ਆ ਮਾੜਾ ਜਿਹਾ ਬਾਈ ਨੂੰ ਗਰਲਾਲ ਨੂੰ ਕਹਿੰਦੀ ਆ, 1 ਲੱਖ ਰੁਪਇਆ ਚੱਲ ਉਹਨਾਂ ਤੋਂ ਲੈ ਲਾਂਗੇ। 1 ਲੱਖ ਰੁਪਇਆ ਤਾਂ ਭਾਈ ਕਿਹੜਾ ਹੁੰਦਾ, ਤੁਸੀਂ ਝੋਨਾ ਵੇਚਿਆਗਾ ਤੇ ਮੈਨੂੰ ਫੜਕੀ ਦੇ ਦਿਓ ਵਾਰਸੀਏ, ਬਸ ਤੇਰਾ ਹੱਲ ਕਰ ਦਾਂਗੇ ਪੈਸਿਆਂ ਦਾ, ਕਿਤੋਂ ਮਰਜ਼ੀ ਕਰਗੇ ਤੇ ਤੂੰ ਘਰ ਦੀ ਗੌਰ ਰੱਖੀ ਚੰਗਾ ਮਾੜੀ ਜੀ। ਤੇ ਮੈਂ ਆ ਗਈ ਬੈਠੀ ਆ ਘਰ, ਮੈਂ ਤਾਂ ਭਾਈ ਤੁਹਾਡਾ ਘਰ ਜੋਕਰੀ ਰਹੇਗੀ, ਕਿਹੜਾ ਮੈਨੂੰ ਜਾਣ। ਕੋਈ ਨਹੀਂ ਮਾਸੀ ਬਹਿ ਜਾ, ਆ ਗਈ ਮੈਂ, ਦੇਖ ਲੈ ਦੇਖ ਲੈ। ਮਾਸੀ ਨੂੰ ਤਾਂ ਸਾਰਾ ਪਤਾ, ਮੈਂ ਤਾਂ ਕਾਗਜ਼ ਵੀ ਐਂ ਓਹਲੇ ਚ ਕਰ ਲਿਆ ਸੀ, ਚੁੰਨੀ ਹੇਠ ਲੁਕੋ ਲਿਆ ਸੀਗਾ ਵੀ ਮਾਸੀ ਨੂੰ ਪਤਾ ਨਾ ਲੱਗੇ। ਭੈਣ ਤਾਂ ਫਿਰ ਬੇਬੇ ਦੀ ਆ, ਤੇਜ ਤਾਂ ਬਥੇਰੀ ਆ ਮਾਸੀ। ਚੱਲ ਕੋਈ ਨੀ ਮਾਸੀ, ਜੇ ਤੂੰ ਤੇਜ਼ ਆ ਨਾ, ਮੈਂ ਤਾਂ ਤੈਥੋਂ ਵੀ ਤੇਜ਼ ਆ, ਅੱਜ ਨੂੰ ਤਾਂ ਤੇਰੇ ਵਰਗੀਆਂ ਮੈਨੂੰ ਜਮੀ ਵੇਚ ਕੇ ਖਾ ਜਾਂਦੇਗਾ। ਕੋਈ ਗੱਲ ਨੀ, ਗੱਪ ਸੱਚ ਤਾਂ ਭਾਈ ਹੁਣ ਕੱਢਣੀ, ਚੱਲ ਜਿਹੜੇ ਦੇਣੇ ਆ ਦੇਣੇ ਆ, ਹੁਣ ਪਤਾ ਤਾਂ ਲੱਗੇ। ਜੇ ਤਾਂ ਹੋਇਆ 2 ਲੱਖ ਰੁਪਇਆ ਮਾਸੀ ਦਾ, ਫੇਰ ਤਾਂ ਅੰਗੂਠਾ ਹੋਊ ਪੱਕਾ ਬੇਬੇ ਦਾ। ਜੇ ਅੰਗੂਠਾ ਕਿਸੇ ਹੋਰ ਦਾ ਨਿਕਲਿਆ ਆ, ਮੱਸ ਗਏ ਤੇਰੀ ਖੈਰ ਨੀ, ਫਿਰ ਦੇਖ ਲਈ ਤੂੰ, ਫੇਰ ਰਿਸ਼ਤੇਦਾਰੀ ਆਪਣੀ ਟੁੱਟੂਗੀ। ਚੱਲ ਟੁੱਟਦੀ ਆ, ਟੁੱਟ ਜੇ ਫਿਰ, ਬੇਈਮਾਨਾ ਨੀ ਮੈਂ ਕਰਨ ਦਿੰਦੀ ਕਿਸੇ ਨੂੰ। ਦੇਖ ਲੈ ਤਿਆਰ ਹੋ ਕੇ ਬਾਗੀ ਦਾ, ਮੈਨੂੰ ਆਦੀ ਮਾਸੀ ਘਰੇ ਬਹਿ ਜਾ। ਲੈ ਦੱਸ ਵੀ ਮੈਂ ਸੋੜੀਏ ਤੇਰੇ ਘਰ ਦੀ ਰਾਖੀ ਤਾਂ ਨਹੀਂ ਆਈ, ਵੀ ਮੈਂ ਤੇਰੇ ਘਰੇ ਬੈਠੀ ਰਹਾਂ, ਆਈ ਤਾਂ ਮੈਂ ਆਪਦੇ ਕੰਮ ਮੈਂ ਪੈਸੇ ਲੈਣ, ਕੀ ਪਤਾ ਹੁਣ ਲੈ ਕਿੱਧਰ ਵਾਗੀ ਆ, ਨੀ ਪਤਾ ਕੋਈ ਅੰਗੂਠਾ ਚੈੱਕ ਕਰਾਉਣ ਗਈ ਹੋਵੇ ਕਿ ਕੀ ਕਰਨ ਗਈ ਆ, ਸਾਨੂੰ ਘੰਟਾ ਲਾ ਕੇ ਆਊ ਕਿ 2 ਘੰਟੇ ਲਾ ਕੇ ਆਊਗੀ। ਚਲੋ ਮਨਾ ਬੈਠੀ ਹੈਗੀ, ਕਿਤੇ ਹੁਣ ਮੈਨੂੰ ਤਾਂ ਲੋੜ ਹੈ ਗਾਉਂ ਹੈਗੀ ਪੈਸਿਆਂ ਦੀ, ਬੈਠਣਾ ਵੀ ਪਊਗਾ, ਮੈਨੂੰ ਤਾਂ ਘੰਟਾ ਵੀ ਬੈਠਣਾ ਪਊ, 2 ਘੰਟੇ ਹੀ ਬੈਠਣੇ ਪੈਣਗੇ ਜੇ ਮੈਨੂੰ ਦੇ ਦੇਣ ਮੇਰਾ ਕੰਮ ਬਣ ਜੀ। ਕਿੰਨਾ ਟਾਈਮ ਹੋ ਗਿਆ ਲੈ ਫੋਨ ਲਾਏ ਨੂੰ, ਕਿਤੇ ਹੁਣ ਆਉਂਦੀ ਹੈਗੀ, ਕਿਹੜੇ ਵੇਲੇ ਹੋ ਗਏ।
दिमाग पहली पता लग गया मेनू। कहनी मेनू पति अंगूठा दिखाने जानी है, मैं भी बेशर्मी हां। मैं कहा नहीं नहीं मासी, मैं मैं दवाई लेके आनी है, काम आ मेन माड़ा जा। अच्छा तेरे गप सड़प मारे, मैं कहा तेरे वास्ते 2 लाख रुपए का हल करना, बाई गरलाल नु 1 लाख रुपए पूछा, मैं कहा मैं तो जानी है। अच्छा और सब कुछ कह के आई है, दोबारे फिर देख लो, मैं तो 10 बारी देख हटी ला। तेनू लगता भी है गुठा बेबे दा? गुठा हुण मेरे नो भी पतला सी गुठा मासी दा, तां ये बेबे हाथ तां पतले ने, उंगलां भी लंबियां जरूर सी उंगलां, पर इन्नियां मोटियां नहीं हैगियां। ले फड़ कोले रख ओए तां। फिर हुण तू दस की हल बने? हल तो हूं यही है, तू तो तेरे बाई जाके दिखा के आओ, कौन कर भाभी मेरा तो दिखाने भी जी नहीं करता। जे गुठा बेबे का निकलिया फिर की करांगे, कित्थों देवांगे 2 लाख रुपया? फिर उन्हें तो फिर ही पता लगू, आप की पता लगू भी तेरी सास ने पैसे दिते या ना दिते। आप तो मर गई हाँ। मेरी जान नु टेलीफोन हो फिर तो फोन ला के पुछ लगे बुढ़ी नु, होर पुछ लगे फोन ला के मसा खेड़ा छड़ाया सीगा। मेरा तो मुश्किल ही पिछा छुट्टे बेबे तो। तेरा नहीं छुटदा, तेरा तो जे एक पासे छुट्टे तो दूजी चिंबड़ गया किचन डेल, ते होर की करण गे हुण तू दस मैनू। मेरा तो कोई ही गल कुछ नहीं और मैं मसला है तो हूं एदा भाई गुठा स्कैन कराना पूगा, गुठा स्कैन करा ले पता लग गया अपन, फिर ओहो जा देखांगे। मैं तो आई सुखा सुख दी आई हां सारे रा भी गुठा बेबे दा ना निकले। हुन बेबे दा किथों निकलूगा कमल के एडा बेबे दा होया भी गुठा? मेरी गल सुनो, मैं तो एक डब्बा चढ़ाऊं डेरे जाके, मैं तो कहनी हां गलत हो जे किसी दा भी ना निकले, ना बेबे दा निकले ना मासी दा निकले, नाले ओही गल मासी ना रिश्तेदारी रह जूगी, नाले पैसे बच जाणगे। ਤੇ ਹੋਰ ਹੁਣ ਜੇ ਹੁਣ ਮਾਸੀ ਦਾ ਗੁੱਠਾ ਨਿਕਲਿਆ ਆ ਛੋਡੀ ਰਿਸ਼ਤੇਦਾਰੀ ਟੁੱਟ ਜੂ ਸਾਰੀ ਉਮਰ ਵਾਸਤੇ, ਹੁਣ ਤੇਰੇ ਕੋਲੇ ਆ ਤਾਂ ਖੜਦੀ ਆ। ਮੈਂ ਇਹਨੂੰ ਐਂ ਕਹਿੰਦੀ ਸੀ, ਪਤਾ ਨਹੀਂ ਗੱਲ ਮੇਰੀ ਸਹੀ ਹੈ ਕਿ ਗਲਤ, ਮੈਂ ਤਾਂ ਬਾਈ ਨੂੰ ਐਂ ਕਹਿੰਦੀ ਸੀ ਵੀ ਆਪਾਂ ਉਹਨੂੰ ਜਿਹੜੇ ਤੂੰ ਗੁੱਠਾ ਸਕੈਨ ਕਰਾ ਕੇ ਲਿਆਵਾਂਗੇ ਉਹਨੂੰ ਚੱਲ 5-4 ਹਜ਼ਾਰ ਰੁਪਇਆ ਦੇ ਦਾਂਗੇ, ਉਹਨੂੰ ਕਹਿ ਦਾਂਗੇ ਵੀ ਬਾਈ ਇਹਨੂੰ ਬਦਲ ਦੇ ਕਿਸੇ ਲੋਟ ਜੇ ਗੁੱਠਾ ਬੇਬੇ ਦਾ ਨਿਕਲਿਆ। ਤੂੰ ਤਾਂ ਜਮਾ ਕਾਵੜੀਆਂ ਮਾਰਦੀ, ਤੂੰ ਜਵਾਕਾਂ ਵਾਲੀਆਂ ਗੱਲਾਂ ਕਰਦੀ ਹੈ। ਜੇ ਤਾਂ ਇਹ ਗੁੱਠਾ ਨਿਕਲੇ ਤੇਰੀ ਸੱਸ ਦਾ ਫਿਰ ਤਾਂ ਪੈਸੇ ਦੇਣੇ ਪੈਣਗੇ ਭਾਈ, ਨਾ ਤਾਂ ਤੂੰ ਭੱਜ ਸਕਦੀ ਹੈ ਤੇ ਨਾ ਸਕਦੀ ਭੱਜ ਸਕਦਾ, ਤੇ ਜੇ ਹੁਣ ਗੁੱਠੀ ਨਾ ਨਿਕਲਿਆ ਨਾ ਫਿਰ ਗੱਲ ਵੱਖਰੀ ਏ, ਫਿਰ ਭਈ ਆਪਾਂ ਮਾਸੀ ਨੂੰ ਦੱਸ ਦਾਂਗੇ, ਡਰਦੀ ਕਿਉਂ ਏ ਤੂੰ? ਚੱਲ ਕੋਈ ਨਹੀਂ ਫਿਰ ਦੇਖੀ ਜਾਊਗੀ ਜਿਵੇਂ ਪ੍ਰਮਾਤਮਾ ਨੂੰ ਮਨਜ਼ੂਰ ਆਉਮੀ ਹੋਊਗਾ। ਨਾਲੇ ਉਹੀ ਗੱਲ ਜੇ ਆਪਾਂ 5000 ਰੁਪਇਆ ਦੇ ਕੇ ਕਰਾਉਨੇ ਆ ਕਮਲਗੇ ਨਹੀਂ ਉਹ ਕਰੀਦਾ ਹੁੰਦਾ। ਹਾਂ ਉਹੀ ਗੱਲ, ਉੱਤੇ ਰੱਬ ਤਾਂ ਦੇਖਦਾ 5000 ਰੁਪਇਆ ਉਹਨੂੰ ਤਾਂ ਤੂੰ ਦੇ ਦੇਂਗੀ, ਤੇ ਜਿਹੜੇ ਉਤਲਾ ਬੈਠਾ ਦੇਖੀ ਜਾਂਦਾ ਉੱਥੇ ਕਿੱਥੇ ਸਭ ਦੇਂਗੀ। ਚੱਲ ਕੋਈ ਨਹੀਂ ਫਿਰ ਹੁਣ ਦੇਣੇ ਆ ਤਾਂ ਦੇਣੇ ਪੈਣਗੇ, ਆ ਕੋਈ ਨਹੀਂ ਚੱਲ ਲਾਂਗੇ। ਦੇਣੇ ਆ ਤਾਂ ਦੇਣੇ ਪੈਣਗੇ, ਤੇ ਨਹੀਂ ਦੇਣੇ ਤਾਂ ਫਿਰ ਇਹ ਗੱਲ ਆਪਣੇ ਕੋਲੇ ਸਬੂਤ ਹੈਗਾ, ਆਪਾਂ ਨੂੰ ਪਤਾ ਲੱਗ ਜੂਗਾ। ਮੈਂ ਤਾਂ ਉਹੀ ਸੁੱਖਾ ਸੁਖਦੀ ਐ ਵੀ ਗੁੱਠਾ ਬੇਬੇ ਦਾ ਨਾ ਆਵੇ। ਚਲ ਫਿਰ ਕੋਈ ਨਹੀਂ, ਉਹ ਤਾਂ ਹੁਣ ਗੁੱਠੇ ਤੇ ਪਤਾ ਲੱਗੂਗਾ, ਜਾਂ ਤਾਂ ਤੇਰੀ ਸੱਸ ਜਾਣਦੀ ਐ ਜਾਂ ਭਾਈ ਮਾਸੀ ਜਾਣਦੀ ਐ। ਚਲ ਬਹਿ ਜਾ ਉਰੀ, ਆ ਬਾਲੇ ਗਾਹ ਜਾ ਪਾਈ ਬੈਠੇ ਹੋ। ਗਾਹ ਤਾਂ ਬਸ ਸਾਗ ਬਣਾਈ ਜਾਂਦੀ ਆ, ਦੇਖੀ ਤੇਰੇ ਵਾਸਤੇ ਸੂਟ ਲਿਆ ਕੇ ਦਿੱਤਾ। ਲੈ ਮੇਰੇ ਵਾਸਤੇ ਸੂਟ ਨੂੰ ਕੀ ਆ, ਸੂਟ ਹੀ ਸੂਟ ਨੂੰ ਇੰਨਾ ਟਾਈਮ ਹੋ ਗਿਆ ਆਈ ਨੂੰ, ਫਿਰ ਕੀ ਹੋ ਗਿਆ ਜੀ? ਇੱਕ ਲਿਆਤਾ ਦੇਖ। ਹਾਂ ਸੂਟ ਤਾਂ ਸੋਹਣਾ ਹੈਗਾ। ਲੈ ਮੱਝਾਂ ਨੂੰ ਨੀਰਾ ਤਾਂ ਪਾਤਾ, ਲੈ ਸ਼ੁਕਰ ਹੈ ਰੱਬ ਦਾ ਭੈਣ ਵੀ ਆ ਹੀ ਗਈ। ਮੈਂ ਤੈਨੂੰ ਕੱਲ ਦੀ ਦੇਖੀ ਜਾਂਦਾ, ਹੁਣ ਮੈਂ ਕੀ ਦੇਖਾਂ ਇਹਦਾ? ਮੇਰੇ ਕੋਲ ਕੀ ਆ ਜਾਂਦਾ ਹੁਣ? ਆ ਗੁੱਠੇ ਤਾਂ ਮੈਨੂੰ ਸ਼ੱਕ ਜਾ ਪੈਂਦਾ ਸੀਗਾ, ਮੈਨੂੰ ਤਾਂ ਲੱਗਦਾ ਨੀ ਮਾਸੀ ਦਾ ਗੁੱਠਾ ਹੈ। ਗੁੱਠੇ ਤੋਂ ਸ਼ੱਕ ਮੈਨੂੰ ਪੈਂਦਾ, ਆ ਲਿਖਣ ਨੂੰ ਤਾਂ ਕੀ ਹੈ ਕੋਈ ਵੀ ਲਿਖ ਸਕਦਾ। ਪਣਿਆ ਲਿਖਤਾਂ ਤਾਂ ਹੁਣ ਕੱਚੀ ਲਿਖਤ ਹੈ, ਕਿਹੜਾ ਕੋਈ ਪੱਕੀ ਹੈ? ਫਿਰ ਹੁਣ ਐ ਕਰ ਕੁੜੀ ਨੂੰ ਲੈ ਕੇ ਵਗ ਜਾ ਘਰੇ, ਇਹ ਮਾਸੀ ਨੂੰ ਛੱਡ ਕੇ ਆਈ ਆ, ਬੁੜੀ ਐ ਨਹੀਂ ਪਤਾ ਕਿੰਨਾ ਚਿਰ ਬੈਠੂਗੀ, ਕਿੱਧਰ ਤੁਰ ਜੇ? ਪਣ ਹੁਣ ਕਿਵੇਂ ਕਰੀਏ? ਤੂੰ ਸਹੀ ਗੱਲ ਤਾਂ ਮੰਨਦੀ ਨਹੀਂ, ਮੈਂ ਤਾਂ ਐ ਕਹਿੰਦੀ ਸੀ, ਮੈਂ ਹਜੇ ਗੁੱਠਾ ਬੇਬੇ ਦਾ ਨਿਕਲਿਆ ਭਾਈ ਨੂੰ ਦੇ ਕੇ ਪੈਸੇ, ਮੈਂ ਕਿਹਾ ਬਦਲਾ ਲਾਂਗੇ ਗੁੱਠੇ ਨੂੰ। ਪਣੇ ਮੇਰੀ ਗੱਲ ਸੁਣ ਲੈ, ਦੇਖ ਲੈ ਬੇਈਮਾਨਾ, ਅਸੀਂ ਤਾਂ ਨਹੀਂ ਕਰਨ ਦਿੰਦੇ। ਜੇ ਤਾਂ ਗੁੱਠਾ ਹੋਇਆ ਮਾਸੀ ਦਾ, ਫਿਰ ਤਾਂ ਤੁਹਾਨੂੰ ਸਿੱਧੇ ਹੋ ਕੇ ਪੈਸੇ ਦੇਣੇ ਪੈਣਗੇ 2 ਲੱਖ ਰੁਪਇਆ। ਜੇ ਭਾਈ ਗੁੱਠਾ ਹੀ ਗਲਤ ਹੋਇਆ ਦੇਖਾਂ, ਉਹਦਾ ਹੁਣ ਆਪਾਂ ਨੂੰ ਸ਼ੱਕ ਹੈਗਾ ਹੀ ਆ। ਮੇਰਾ ਪਤਾ ਹੀ ਕਹਿੰਦਾ ਵੀ ਗੁੱਠਾ ਹੈ ਹੀ ਨਹੀਂ ਬੇਬੇ ਦਾ ਇਹ। ਫਿਰ ਵਗ ਜਾ ਨਾ ਮਾਨਸਾਂ ਜਾ ਕੇ ਚੱਕ। ਫਿਰ ਆਪਾਂ ਨੂੰ ਡਰ ਕੀ ਰਹੇਗਾ? ਐਵੇਂ ਡਰੀ ਜਾਂਦੀ ਆ। ਪਰ ਮੈਨੂੰ ਆਏ ਆ ਵੀ ਜੇ ਗੁੱਠਾ ਬੇਬੇ ਦਾ ਨਿਕਲਿਆ 2 ਲੱਖ ਰੁਪਇਆ ਦੇਣਾ ਪਊਗਾ। ਨਾ ਉਹ ਤਾਂ ਫਿਰ ਭਈ ਅਸੀਂ ਦਵਾਵਾਂਗੇ, ਜੇ ਗੁੱਠਾ ਮਾਸੀ ਦਾ ਆਪਣੀ ਦਾ ਰੁਪਇਆ ਅਸੀਂ ਜ਼ਰੂਰ ਦਵਾਵਾਂਗੇ। ਮਾਸੀ ਇਹਨੇ ਦਾਅਵੇ ਨਾ ਕਿਵੇਂ ਕਹਿੰਦੀ ਆ, ਮੈਂ ਡਰਦੀ ਆਂ। ਮਾਸੀ ਇਹਨੇ ਦਾਅਵੇ ਨਾ ਕਹਿੰਦੀ ਆ, ਉਹ ਦਾਅਵੇ ਨਾ ਫਿਰ ਕਹਿੰਦੀ ਆ ਕੋਈ ਸੱਚੀ ਹੋਊ ਚਾਹੀਦੀ। ਗੁੱਠਾ ਤੇਰੀ ਬੇਬੇ ਦਾ ਇਹ। ਰਾਜੀ ਵਾਰੀ ਮੈਂ ਬੇਬੇ ਨਾਲ ਗਈ ਆ, 20 ਥਾਂ ਬੇਬੇ ਨੇ ਗੁੱਠੇ ਲਾਏ ਆ, ਕਦੇ ਇਹ ਜੇ ਗੁੱਠੇ ਤਾਂ ਲਾਈ ਨਹੀਂ ਬੇਬੇ ਨੇ। ਰਾਜੀ ਵੀਰ ਇੱਕ ਗੱਲ ਤੂੰ ਕੱਚੀ ਕਰੇ। ਕਿਵੇਂ? ਤੂੰ ਮਾਸੀ ਨੂੰ ਨਾਲ ਲਿਆਉਣਾ ਸੀਗਾ, ਹੁਣ ਮਾਸੀ ਕਿਵੇਂ ਯਕੀਨ ਮੰਨੂਗੀ ਜੇ ਉੱਥੇ ਐਂ ਕਹਿੰਦਾ ਵੀ ਗੁੱਠਾ ਭਈ ਇਹ ਆਪਣੀ ਮਾਸੀ ਦਾ ਹੈ ਹੀ ਨਹੀਂਗਾ? ਉਹਨੇ ਯਕੀਨ ਨਹੀਂ ਕਰਨਾ।
कप सच तो आप कडना ओद बाद मासी ओ चेक कराया बेशक कप मुकर ना मुकर जागे फिर पता ही है गल का सारी का चल आ जा भाई चल आपा बागी चल दिया चाह तो पींदे नहीं बस आके पीवांगे माड़ा जा आहो फिर निकली जाऊगा बेबे ने तो मरी हुई ने भी कसमान पा रखा मेरा चल कोई नी कम धंधे गया होगा कितने मासी रात कि खड़ गया बाई पता हो तेरे चल कोई फेर करा गे हूं चल भाई चल चल डीकी जानी बेलिया दी गई कहनी मैं हूं आ जाऊ मासी दस मिनटा च केड़ा आना सी दो घंटे हो गए ऐ नी पता की कराउन गई होगी पर्ची जी दिखाउन गई होगी केड़ा तो अंगूठा लग्या सी बही ते ओह तां मेरी भैण गई सी आठा हूं मैं आपदा ला के लिया बूहन की कहते होंगे कि पता लग जे फिर तबू मेरे सारे पर्दे चके जाएंगे भी ये तो जान के आपका जादी गूठा ला के लिया सी चल देखी जाऊगी आ बैठी आएगी जे ऐ पता हों मैं ना ही लादी आपका अंगूठा बू जमे तो सारे भी चके जाएंगे सारे पर्दे चके जाएंगे नाले मेरी बदनामी हो जू ऐ आखन गए भी बुढ़ी तो गप मार के भी 2 लाख रुपया मंगती सी आपका अंगूठा ला के चल देखी जाऊगी हूं अज तो पता लगूगा हजे तक आई नहीं मैं आ बैठी हाँ डीकी जानी कहनी मैं तो हूं आ जाऊंगी 10 मिनटा च हजे आई नहीं गई तो कितने शहर की अंगूठा काठा दिखाने गई होगी चल देखी जाऊ कदों आऊगी मैं तो बैठी हाँ केड़े वेले हो गए गए नू मैनू कहने के चाह करके रखनी कैसी हूं मुड़े आने गए तो आए मुड़के हूं आगे मैं चाह बना के भी जग च पाई पई है मैनू ए लगता है चाह भी खराब होगी परे पा के आनी तू हूं ऐ पंगा हो रे ए नहीं पता अंगूठा कि निकलूगा जे मासी का निकल अंगूठा 2 लाख रुपया कितों देने खड़े पैर मासी तो उ गल बार च बहजूगी भाई मैं तो 2 लाख रुपया दो देखी जाऊ राजवीर तो हूं लक्का मलिया गल कर दी जमी अके 5000 रुपया दे के अके अंगूठा बदला लेने कमल के ही बदले जाते होंगे अंगूठे उ गल जो बुढ़ी होंगी माड़ा मोटा पाई कर दी उत्ता बुढ़ी होंगे मासी नहीं बोली मगर मासी दे ज्यादा गए हूं मासी टिकदगी नहीं चल देखी जाऊ किवें बनती है हूं ताया तू पता लगूगा मैं तो साग भी बना लिया चल राजवीर साग ले जूगी उन्हें कड़ा तरिया होगा वास्ते डोलू च पा दूंगी छड़े आऊगा बाई हूं किधर बसा से लमकती फिरूगी कताऊक वेला हो गया किड़े बेड़े हो गए गया भांडे मांज दया फिर फोन ला के देख दी भी हजे कितने जो कदों खाऊंगे लैने देख ला है अपने दिल तो पहली नहीं सी मानता भाजड़ पाई रखी ना कोई गल ना कोई बात पूरा करिए हूं तू ए दस बी मेनू हरप्रीत नु भी पुछ भी हूं कि मैं तो हूं ओनू कहना की सोना लगूंगा हूं तुम ओनू कहो भी तुसी तू ये कुफर तोलिया झूठ बोलिया कहता तो तू क्यों नहीं सोना लगता जे तुम गल हिक ठोके कहते दवावे 2 लाख रुपया हूं भाई मेरे हक च भी खड़ो भाने मेरी गल सुन लै हूं हक जे तेरे च भी असी खड़ा होर कौन खड़ूगा वो मासी तो ही साढ़े को आई सी भी राजवीर कि सू जवाब देंदे भरा दबा दू पैसे ओ मतलब तो यही रिश्तेदारी फर्क ना पै जे चल भी मेरी सासरी थां ते हुण इही आ भाई मूहरे आ देख लो कर लो बरतेवा तुसी ना अजकल एडा माड़ा टाइम आ गया भैणे मेरी गल सुनो
चाह पानी पीने ਤੇ ਹਰਪ੍ਰੀਤ ਨਾਲ ਕਰਦੇ ਗੱਲ ਵੀ ਕਿਵੇਂ ਗੱਲ ਬਣੂਗੀ ਹੁਣ ਕਿਵੇਂ ਕਰੀਏ ਚੱਲ ਆ ਜਾ ਉਸੇ ਨੂੰ ਪੁੱਛਦੇ ਆ ਫਿਰ ਹੋਰ ਉਹਨੇ ਤਾਂ ਮਾਸੀ ਨੇ ਤਾਂ ਉਹੀ ਨਕੰਮੀ ਗੱਲ ਕਰਤੀ ਜਮਾ ਤੂੰ ਇਹ ਜਿਹਾ ਸਾਗ ਲਿਆ ਕੇ ਦਿੱਤਾ ਤੜਕੇ ਦਾ ਰਸੋਈ ਚੋਂ ਨਹੀਂ ਨਿਕਲਦੀ ਹੈਗੀ ਬਾਹਰ ਪਰ ਮੇਰੀ ਗੱਲ ਸੁਣ ਲੈ ਹੁਣ ਸਾਗ ਤਾਂ ਹੁਣ ਧਰ ਨਹੀਂ ਹੈਗਾ ਹੋਰ ਉਹ ਹਰਪ੍ਰੀਤ ਬਣ ਗਿਆ ਸਾਗ ਲੈ ਉਰੇ ਆ ਆ ਸੁਣ ਲੈ ਖੁਸ਼ਖਬਰੀ ਆ ਜਾ ਆਏ ਤੈਨੂੰ ਤੂੰ ਵੀ ਸੁਣ ਲੈ ਖੁਸ਼ਖਬਰੀ ਖੁਸ਼ਖਬਰੀ ਕਿਵੇਂ ਗੁੱਠਾ ਦਾ ਮਾਸੀ ਦਾ ਹੈ ਮਾਸੀ ਦਾ ਗੁੱਠਾ ਮਾਸੀ ਦਾ ਹਾਂ ਮੂੰਹ ਮਰ ਜਾ ਕੇ ਵੀ ਚਲਾਕ ਨਹੀਂ ਛੋਟੀ ਮਾਸੀ ਤੇ ਹੋਰ ਚਲਾਕ ਤਾਂ ਹੋਣੀ ਸੀ ਹਜੇ ਤੁਸੀਂ ਮਾਸੀ ਦੀ ਸਾਈਡ ਲੈਂਦੇ ਸੀ ਮਾਸੀ ਦੀ ਸਾਈਡ ਤਾਂ ਹੀ ਲੈਂਦੇ ਸੀ ਤੂੰ ਤਾਂ ਪਹਿਲੀ ਕਮ ਮਾਰੀ ਜਾਂਦੀ ਸੀ ਓਕੇ 5000 ਰੁਪਿਆ ਦੇ ਦੇਗਾ ਮੈਂ ਤੈਨੂੰ ਆਖਾਂ ਜੀ ਫਿਰ ਜ਼ਿਆਦਾ ਲੈ ਦਿਖਾ ਤਾਂ ਹੋ ਕੇ ਰਾਂ ਉਹ ਮੇਰਾ ਦਿਲ ਨਹੀਂ ਸੀ ਮੰਨਦਾ ਤਾਂ ਕਰਕੇ ਕਿਹਾ ਸੀ ਮੈਂ ਆ ਚੱਕੋ ਕਾਗਜ਼ ਜਾ ਇਹਨੂੰ ਕਾਗਜ਼ ਜੇ ਤਾਂ ਹੁਣ ਮਾਸੀ ਨੂੰ ਦਿਖਾਵਾਂਗੇ ਜਾ ਕੇ ਵੀ ਤੁਹਾਨੂੰ ਨਕਲੀ ਕਿੱਥੋਂ ਬਣਾਇਆ ਹੈਗਾ ਐਂ ਦੱਸੋ ਵੀ ਮਾਸੀ ਨੇ ਐਡਾ ਵੱਡਾ ਕੰਮ ਕਰਿਆ ਕਿਉਂ ਇਹ ਕਿਉਂ ਲਾਇਆ ਉਹ ਤਾਂ ਹੁਣ ਭਾਈ ਮਜਾਤਾ ਮਾਸੀ ਨੂੰ ਪਤਾ ਜਾਂ ਰੱਬ ਨੂੰ ਪਤਾ ਵੀ ਸਾਡੇ ਨਾਲ ਐਡਾ ਵੱਡਾ ਧੋਖਾ ਕਿਉਂ ਕਰਿਆ ਘਰ ਉਹਰੇ ਕਾਗਜ਼ ਫੋਟੋ ਖਿੱਚ ਲਾ 2 ਲੱਖ ਰੁਪਏ ਵਿੱਚ ਦੇਖ ਲੈ ਕੀ ਉਹ ਕਰਿਆ ਹੈ ਨਾ ਉਹ ਤਾਂ ਉਹਨਾਂ ਨੇ ਵੀ ਖਿੱਚ ਲਈ ਫੋਟੋ ਉੱਥੇ ਚੱਲ ਹੋਰ ਖਿੱਚ ਲੈਨੇ ਆਪਾਂ ਲੈ ਖਿੱਚ ਲੈ ਫੋਟੋ ਨੂੰ ਤਾਂ ਕੀ ਗੱਲ ਹੈ ਲੈ ਸਬੂਤ ਤਾਂ ਕੋਲੇ ਚਾਹੀਦੀ ਹੈ ਗੁੱਠੇ ਦੀ ਖਿੱਚ ਸਮਾਰ ਕੇ ਗੁੱਠੇ ਦੀ ਖਿੱਚ ਲਈ ਆ ਕੇ ਉਹ ਗੁੱਠੇ ਦੀ ਆਪਣੇ ਹੁਣ ਕਿਉਂ ਤੂੰ ਵਹਿਮ ਕਰੀਏ ਨੇ ਹੁਣ ਤਾਂ ਉਹਦੀ ਜਮਾ ਕੋਲ ਨਿਕਲ ਗਈ ਗੱਲ ਦੀ ਮੈਂ ਤਾਂ ਇੱਕ ਵਾਰੀ ਤਾਂ ਚਾਹ ਬਣਾ ਕੇ ਦਾਣੇ ਚ ਪਾਤੀ ਦੂਜੀ ਵਾਰ ਧਰੀ ਆ ਹੁਣ अच्छा हुण दूजी बार करी आ होर की चल पी लांगे कुट फिर हुण हरप्रीत मेरी गल सुन ले चाह ता पी लांगे कोई गल नहीं हुण भैण आई किने मेरे नाल जा हुण आपा ने कानू बुरे पैणेगा इना दी मासी है कुछ कहे मेरे नाल कौन है मैं ता कल्ली आ जे बुरे नहीं पवेगा होर कौन जाऊ इदे नाल 2 लाख रुपया किथों दे दे हुण आहो मैं किथों दे दंदी जे तू ओही गल आपा ना कर दे ओदा कथा सच है तू बग जेगा माड़ा मट्टा ओ रह जूगा तू माड़ा या नरवाई ना बोलेगा जे मैं बग गई सी दोनों इक्को ही हो जांगे लड़पांगे मासी नाल आहो भाई तू ओनु बंदिया मंगू समझा दी नाले झाड़ दी बेइज्जती कर दी पूरी मासी दी ओ पर हुन पापी चढ़ी गई होटलां दी पुली मंगू तो हापी चढ़ी गई 2 लाख रुपया लेन आई सी ओही गल फिर भी तेरी सस दी भैण हैगी बेइज्जती नहीं बंदे दी करी दी हुंदी करे आए दी साडे ना थोड़ी बेशक्की करी है आ गल की है मैनूं तां इह गल दी चिंता लगी पई है मैनूं ए दस पहला तेरी सस बेइज्जतियां करदी सी अपनियां हुन आपां करन लग दी सस दी गल कुछ होर सी ਚੰਗੀ ਸੀ ਮਾੜੀ ਸੀ ਲੜਦੀ ਬੋਲਦੀ ਕਿਵੇਂ ਸੀ ਘਰ ਦੇ ਘਾਟੇ ਨੂੰ ਤਾਂ ਨਹੀਂ ਸੀ ਉਹਵੇਂ ਨਹੀਂ ਸਾਰੇ ਪਵਾੜੀ ਉਹਦੇ ਪਾਏ ਹੋਏ ਨੇ ਪਰ ਮੈਨੂੰ ਤਾਂ ਐ ਲੱਗਦਾ ਵੀ ਤੇਰੀ ਸੱਸ ਨਾਲ ਇਹ ਤੇਰੀ ਮਾਸੀ ਪਹਿਲਾਂ ਵੀ ਤੁਹਾਡੀ ਮਾਸੀ ਉਹਨਾਂ ਠੱਗੀਆਂ ਮਾਰਦੀ ਉਹਨੂੰ ਸਵਾਰ ਤੇ ਮਾਰਦੇ ਹੋਣੇ ਆ ਬਾਈ ਕੀ ਪਤਾ ਉਹ ਤਾਂ ਹੁਣ ਇਹਨਾਂ ਨੂੰ ਪਤਾਗਾ ਵੀ ਕੀ ਕਰਦੀਆਂ ਨੇ ਮੈਂ ਤਾਂ ਚਾਹ ਲੈਣੀ ਆ ਦੁੱਧ ਪਾਣੀ ਤਾਂ ਸੱਚ ਮੁੱਚੀ ਠਗਲੀ ਨਿਕਲੀ ਜਾਵਾਂ ਇਹਨੂੰ ਛੱਡਿਆਂ ਹੀ ਰਾਜਵੀਰ ਨੂੰ ਜਾ ਕੇ ਨਾਲੇ ਗੱਲਬਾਤ ਕਰਦੇ ਮੈਂ ਨਾਲ ਹੀ ਜਾਊਂਗਾ ਹਰਪ੍ਰੀਤ ਤੂੰ ਵੀ ਵਗ ਚੱਲਦੀ ਮੈਂ ਕੀ ਵਗ ਚੱਲਾਂ ਮੈਂ ਤਾਂ ਨਾ ਸਾਗ ਦੇਖ ਬਣਿਆ ਪਿਆਗਾ डिग पे ਹੋਰ ਕਦੇ ਜੱਬ ਹੋਵੇ ਜਾਣ ਸਾਰੀ ਨਾ ਦੱਸੀ ਕਿਹੜਾ ਤੋਂ ਆਏ ਪੁੱਛੀ ਕਿ ਮਾਸੀ ਗੁੱਠੇ ਦਾ ਤੈਨੂੰ ਵੀ ਪਤਾ ਨਹੀਂ ਗੁੱਠਾ ਹੈ ਕਿਹਦਾ ਹੁਣ ਤਾਂ ਮੈਨੂੰ ਵੀ ਹੌਸਲਾ ਹੋ ਗਿਆ ਚਲ ਇੰਨੇ ਨਾਲ ਪਹਿਲਾਂ ਤਾਂ ਮੇਰਾ ਵੀ ਦਿਲ ਡਿੱਗਿਆ ਪਿਆ ਗੱਲਾਂ ਗੱਲਾਂ ਚ ਮਾਸੀ ਨੂੰ ਪੈੜੋਂ ਕੱਢ ਲਈ ਮਾਸੀ ਨੂੰ ਐ ਕਹਿੰਦੀ ਮਾਸੀ ਤੈਨੂੰ ਪਤੀ ਹੈ ਵੀ ਗੁੱਠਾ ਲੱਗਿਆ ਕੀ ਨਾ ਹਾਂ ਤੈਨੂੰ ਪਤੀ ਹੋ ਉਹ ਸਾਰਾ ਕੁਝ ਆਪ ਹੀ ਦੱਸਦੀ ਝੂਠਾ ਦਾ ਗੱਲ ਬਣਾ ਕੇ ਲਈ ਹੈ ਉਹ ਸਹੀ ਗੱਲ ਆ ਹਾਂ ਬਲੌਟੀ ਗੱਲਾਂ ਬਣਾ ਕੇ ਲਈ ਹੈ ਸਾਰੀਆਂ ਨਹੀਂ ਤੂੰ ਐ ਕਹਿੰਦੀ ਵੀ ਮਾਸੀ ਦੇਖ ਕਾਗਜ਼ ਫੜਾਇਆ ਏ ਉੱਥੇ ਤੇ ਕੱਲ ਨੂੰ ਪਤਾ ਲੱਗੂਗਾ ਠੀਕ ਐ ਨਾ ਕਹੀ ਮੈਨੂੰ ਪਤਾ ਲੱਗ ਗਿਆ ਚਾਹ ਦੀ ਘੁੱਟ ਲਿਆ ਹਰਪ੍ਰੀਤ ਮਾਸੀ ਨੂੰ ਨਾਲ ਹੀ ਨਾ ਲੈ ਚੱਲ ਗਿਆ ਆਪਾਂ ਉੱਥੇ ਕੱਲ ਨੂੰ ਨਾਲ ਕੀ ਕਰਾਉਣਾਗਾ ਚੱਲ ਲਿਆ ਚਾਹ ਘੁੱਟ 420 ਕਰਨੀ ਕੋਈ ਇਸ ਤਰ੍ਹਾਂ ਨਾ ਕੋਈ ਚੰਗੀ ਗੱਲ ਹੈ ਮਾਸੀ ਬਾਲੀ ਮਾੜੀ ਗੱਲ ਹੈ ਬਾਈ ਬਾਲੀ ਮਾੜੀ ਮੈਨੂੰ ਤਾਂ ਐ ਲੱਗਦਾ ਕਿ ਭੜੇ ਕਿਤੇ ਜਾ ਕੇ ਨਾ ਦੱਸ ਤੱਕ ਦੇ ਉਨਾ ਫੁੜਕ ਜੇ ਤੁਹਾਡੀ ਬੁੜੀ ਕਿ ਮਰੀ ਆ ਕਿਤੇ ਮਾਸੀ ਵੀ ਨਾ ਮਰ ਜੇ ਹੋਰ ਜੱਪ ਹੋ ਜੇ ਫੁੜਕੂ ਤਾਂ ਜਿਨ੍ਹਾਂ ਨੇ ਇਹਗਾ ਕੰਮ ਪਹਿਲੀ ਵਾਰੀ ਕਰਿਆ ਹੋਵੇ ਕੀ ਪਤਾ ਇਦੋਂ ਪਹਿਲਾਂ ਕਿੰਨੀਆਂ ਕਠੱਗੀਆਂ ਮਾਰੀਆਂ ਨੇ ਆਹੋ ਲੱਗਦੀ ਤਾਂ ਹੁਣ ਮਾਸੀ ਤਾਂ ਹੁਣ ਇਸ ਗੱਲ ਤੋਂ ਤਾਂ ਮੈਨੂੰ ਐ ਲੱਗਦਾ ਬਾਲੀ ਵੱਡੀ ਠਗਣੀ ਹੈ ਤੇ ਹੋਰ ਹੁਣ ਆਪਣੇ ਸਾਹਮਣੇ ਆ ਗਈ ਗੱਲ ਆ ਆਏ ਆਪਾਂ ਕਿੱਥੇ ਠੱਗੀ ਵੱਜਣ ਦਿੰਨੇ ਆ ਦੇਖਣ ਨੂੰ ਭੋਲੇ ਜੇ ਲੱਗਦੇ ਆ ਉਹ ਪਣੇ ਮੇਰੀ ਗੱਲ ਸੁਣ ਲੈ ਆਪਾਂ ਤਾਂ ਕਿਹੜੇ ਇੰਨੇ ਹੁਸ਼ਿਆਰ ਆ ਉਹ ਕਹਿੰਦੇ ਹੁੰਦੇ ਆ ਕਿ ਸਿੱਧੇ ਆਦੇ ਦਾ ਰੱਬ ਹੀ ਹੁੰਦਾ ਹੈ ਰੱਬ ਹੀ ਹੁੰਦਾ ਸਹੀ ਗੱਲ ਆਪਾਂ ਨੂੰ ਲੈ ਮੈਨੂੰ ਤਾਂ ਇਸ ਗੱਲ ਦਾ ਆਇਨ ਆ ਵੀ ਕਿਵੇਂ ਕਰੀਏ ਤਾਂ ਤੁਹਾਨੂੰ ਕਿਤੇ ਆ ਕੇ ਅਕਲ ਆ ਗਈ ਰੱਬ ਦੇ ਘਰੋਂ ਤੇ ਹੋਰ ਲੈ ਬੋਲ ਮਾਰ ਹਰਪ੍ਰੀਤ ਨੂੰ ਲਿਆ ਚਾਹ ਜਰਕ ਦੇਣੀ ਮੈਂ ਪਿੰਡ ਜਾਣਾ ਹਰਪ੍ਰੀਤ ਲਿਆ ਕੁੱਟ ਚਾਹ ਨਾਲੇ ਸਾਗ ਪਾ ਕੇ ਇਹਦੀ ਭੈਣ ਨੂੰ ਚਾਰੀ ਉੱਥੇ ਕਿੱਥੇ ਰੋਟੀ ਬਣਾਉ ਹੁਣ ਜਾ ਕੇ ਬੁੜੀ ਨੇ ਕਿਹੜਾ ਕੁਛ ਕਰਿਆ ਹੋਊਗਾ ਵੱਖਰੀ ਸੋਚ ਚੈਨਲ ਤੇ ਜਿਨ੍ਹਾਂ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਆ ਅਸੀਂ ਨਾਮ ਬੋਲਣ ਜਾ ਰਹੇ ਹਾਂ
डॉक्टर रणजीत सिंह खंगूड़ा लताड़ा लुधियाना कैलगरी कैनेडा, फकीर चंद शर्मा भागसर, अवतार सिंह फौजी रली बुढ़लाडा, निरंजन सिंह बराड़ रमन बाला, बलजिंदर कौर लुधियाना, गीता राणी लुधियाना, गग्गू भुल्लर हरजंट सिंह, हरमन सिंह, बिमला दविंदर, कमलजीत कौर, रणजीत कौर, जसपाल सोमल, जगमेल सिंह, सिमनप्रीत कौर फलेवाल, कुलविंदर कौर, बीर खहरा, गुरदेव, गुरमीत सिंह मस्तुआना, जादव माई, देवी उर्दू सिंह बड़ा, धीर सिंह, निर्मल सिंह, इंद्रजीत गिल, बख्शी राम, बॉबी राजा हांगकांग, सतवीर कौर, करमजीत कौर, राणा राजपूत, समाध भाई, हैप्पी जोशी, कांता देवी, मोहदीप सिंह, नानक चंद, चरणजीत कौर, बलदेव सिंह नागी, मलकीत सिंह, पवन कुमार, सुदेश धल, हरजिंदर सिंह, बालिया रतिया, सुनील राजपूत, जगरूप सिंह मोगा, मनजीत कौर, गुरचरण सिंह, कृष्ण बंसल, हरदेव सिंह, सिमरन जीत धालीवाल, सतपाल शर्मा, अली सिर संगरूर, सतपाल सिंह कौके, पवित्र जीत डेरीवाला अमृतसर साहब, रंधावा फार्म मान साहब माही नंगला, गुरदीप सिंह, रवि कमोज, दर्शन बख्शीवाला मानसा, नानक चंद कंबोज, परमजीत कौर, बिशवजीत सिंह, जिन्हां वीरां ते भैणां ने सानू सोहणे सोहणे कमेंट कीते है, कमेंट करन लई बहुत बहुत धन्नवाद। जिन्हां वीरां ते भैणां दे नाम बोलण मनी रह गए, असीं दूसरी वीडियो दे विच जरूर बोलांगे। सानू कमेंट करन लई, सानू सुझाव देण लई, साडी सपोर्ट करन लई सारिआं दा बहुत बहुत धन्नवाद।